करना शुरू। सो टॉपिक जो एलसी ऑसिलेटर नेक्स्ट जो शुरू करने पे अपना कुछ शो करते पे कि एक इंडक्टर कॉइल ते एक कैपेसिटर वो एक बैटरी ना ते एक वन वे की ना अटैच कर हुन जिस इंस्टेंट ते तुसी आ की प्रेस करोगे बेटा वो कहना बच्चे इतने दो की लगा रहे हैं एक की इस पोर्शन च लगा दो ए टू और एक के वन की अपना इस पोर्शन च लगा दो। इनिशियली क्या होएगा कि जो के वन प्रेस करांगे और के टू की मेरी ऑफ होएगी ठीक है जी। उस इंस्टेंट ते आप जिन्ना भी बैटरी तो चार्ज आ है ना ये थोड़े कैपेसिटर दे अक्रॉस जेड़ा वा वो फ्लो करना शुरू हो जाए जिदे करके थोड़ा कैपेसिटर जेड़ा वो चार्ज होना शुरू हो जाए और जदों कैपेसिटर चार्ज होना शुरू हो गया यानी इहदे प्लेट दे अक्रॉस इस वे ना पॉजिटिव और नेगेटिव चार्ज स्टोर होना शुरू हो गया असीं कहिंदे जी एक बैट यानी वन वे की नूं तुसीं उदों तक प्रेस करके रखना ठीक है टिल कैपेसिटर बिकम फुली चार्ज। जदों तक कैपेसिटर फुल चार्ज नहीं हो जाता वन वे की जिहड़ी के वन आ ये ऑन होएगी और के टू मेरी की जिहड़ी ये ऑफ आ इना क्लियर आ। यस सर यस उस तो बाद असीं डिफाइन करांगे कि जदों आ सारा तुसीं कैपेसिटर अपना चार्ज कर लिया ते पुत्ते एदी उस मूवमेंट ते आ स्टेट बन गई एदियां आ डिफरेंट फिगर समझनियां तुसीं मेन जिहड़ियां ठीक है ਉਹ ਕਹਿੰਦਾ ਜੀ ਇਨੀਸ਼ੀਅਲ ਇਸ ਮੂਵਮੈਂਟ ਤੋਂ ਅਸੀਂ ਸ਼ੋਅ ਪੇ ਕਰ ਰਹੇ ਹਾਂ ਕਿ ਕੈਪੈਸੀਟਰ ਤੇ ਅਕ੍ਰੋਸ ਚਾਰਜ ਸਟੋਰ ਹੁੰਦਾ ਗਿਆ ਤੇ ਇਸ ਇੰਡਕਟਰ ਕੋਇਲ ਦੇ ਅਕ੍ਰੋਸ ਕੋਈ ਵੀ ਕਰੰਟ ਫਲੋ ਨਹੀਂ ਕੀਤਾ ਤੇ ਜਦੋਂ ਇਹ ਚ ਕਰੰਟ ਫਲੋ ਨਹੀਂ ਕਰ ਰਿਹਾ ਤੇ ਇਹ ਚ ਕਿਸੇ ਵੀ ਫਾਰਮ ਚ ਕੋਈ એનર્ਜੀ ਨਹੀਂ ਆ ਠੀਕ ਆ ਸਿਰਫ ਔਰ ਸਿਰਫ ਤੁਹਾਡਾ ਕੈਪੈਸੀਟਰ ਉਹ ਚਾਰਜ ਹੁੰਦਾ ਚਲਾ ਗਿਆ। ਅਸੀਂ ਕਹਿੰਦੇ ਕਿ ਇਸ ਮੂਵਮੈਂਟ ਤੇ ਜਦੋਂ ਕੈਪੈਸੀਟਰ ਫੁੱਲ ਚਾਰਜ ਹੋ ਜਾਏਗਾ ਜਿੰਨੀ ਵੀ ਬੈਟਰੀ ਤੋਂ ਕੈਮੀਕਲ એનર્ਜੀ ਕੰਜ਼ਿਊਮ ਹੋਈ ਆ ਉਹ ਇਸ ਕੈਪੈਸੀਟਰ ਦੇ ਅਕ੍ਰੋਸ ਇਲੈਕਟ੍ਰੀਕਲ એનર્ਜੀ ਬਣ ਕੇ ਸਟੋਰ ਹੋ ਜੂ। ਇਹਨਾਂ ਕਲੀਅਰ ਆ? ਯੈਸ ਸਰ ਯੈਸ ਸਰ। ਜੇ ਇਹਦੇ ਅੰਦਰ ਮੇਰੇ ਕੋਲ ਇਲੈਕਟ੍ਰੀਕਲ એનર્ਜੀ ਸਟੋਰ ਹੋ ਗਈ ਠੀਕ ਆ ਜੇ ਮੇਰੇ ਕੋਲ ਇੱਥੇ ਇਲੈਕਟ੍ਰੀਕਲ એનર્ਜੀ ਸਟੋਰ ਹੋ ਗਈ ਅਸੀਂ ਇਹਦੀ ਇਸ ਸਟੇਟ ਨੂੰ ਆ ਫਿਗਰ ਨਾਲ ਸ਼ੋਅ ਕੀਤਾ ਜੀ ਤੁਸੀਂ ਦਿਖਾ ਰਹੇ ਕਿ ਆ ਕੀ ਹਜੇ ਆਫ ਆ ਆ ਕੀ ਹਜੇ ਆਫ ਆ ਠੀਕ ਆ ਤੇ ਕੈਪੈਸੀਟਰ ਤੁਹਾਡਾ ਫੁੱਲ ਚਾਰਜ ਹੋ ਗਿਆ। ਸਿੰਬੋਲਿਕਲੀ ਜਦੋਂ ਬੁੱਕ ਜੇ ਡਾਇਗ੍ਰਾਮ ਦੇਖੋਗੇ ਇਦਾਂ ਦੀਆਂ 8 ਡਾਇਗ੍ਰਾਮ ਬਣੀਆਂ ਦਿਖਦੀਆਂ ਤੁਹਾਨੂੰ ਉਹ ਚ ਉਹਨੇ ਸ਼ੋਅ ਆਫ ਕੀ ਕੀਤਾ ਪਹਿਲੀ ਫਿਗਰ ਦੇ ਅੰਦਰ ਅਸੀਂ ਦਿਖਾਉਂਦੇ ਪਏ ਕਿ ਕੈਪੈਸੀਟਰ ਕੰਪਲੀਟ ਚਾਰਜ ਆ ਤੇ ਆ ਐਰੋ ਦਾ ਮਤਲਬ ਇਹਦੇ ਅੰਦਰ ਦਿਖਾ ਰਹੇ ਕਿ ਕੈਪੈਸੀਟਰ ਚ ਇਲੈਕਟ੍ਰੀਕਲ ਫਾਰਮ ਚ એનર્ਜੀ ਸਟੋਰ ਆ ਯਾਨੀ ਤੁਹਾਡੀ ਜਿੰਨੀ ਵੀ ਬੈਟਰੀ ਤੋਂ એનર્ਜੀ ਮਿਲੀ ਆ ਉਹ ਕੈਪੈਸੀਟਰ ਦੇ ਅਕ੍ਰੋਸ ਇਲੈਕਟ੍ਰੀਕਲ ਫਾਰਮ ਚ ਸਟੋਰ ਆ ਔਰ ਹਜੇ ਅਸੀਂ ਇੱਥੇ ਨਾਲ ਦਿਖਾ ਦਿੰਦੇ ਕਿ ਵੀ ਆ ਤੁਸੀਂ ਜਿਹੜੀ 1 ਵੇ ਕੀ ਲਾਈ ਹੋਈ ਆ ਠੀਕ ਆ ਜਿਹੜੀ ਕੇ ਟੂ ਵਾਲੀ ਠੀਕ ਆ ਹੁਣ ਅਸੀਂ ਇਹ ਕਰਨ ਲੱਗੇ ਕਿ ਕੇ 1 ਕੀ ਨੂੰ ਆਫ ਕਰ ਦਿਓ ਕੇ 1 ਕੀ ਨੂੰ ਆਫ ਕਰ ਦਿਓ ਜਦੋਂ ਕੇ 1 ਕੀ ਆਫ ਕਰ ਦਾਂਗਾ ਤੇ ਐਸ ਸੱਚ ਇਸ ਬੈਟਰੀ ਤੋਂ ਜਿਹੜਾ ਫਰਦਰ ਇਸ ਕੈਪੈਸਿਟਰ ਨੂੰ ਚਾਰਜ ਜਾਣਾ ਉਹ ਬੰਦ ਹੋ ਜੂ ਠੀਕ ਹੈ। ਆ ਵੀ ਕੀ ਮੇਰੀ ਆਫ ਆ ਇਹਦਾ ਮਤਲਬ ਇਧਰ ਵੀ ਚਾਰਜ ਨਹੀਂ ਆ ਰਿਹਾ ਇਧਰ ਵੀ ਕੋਈ ਚਾਰਜ ਨਹੀਂ ਜਾ ਰਿਹਾ ਯਾਨੀ ਇੱਕ ਤਰ੍ਹਾਂ ਆ ਮੇਰੀ ਬੈਟਰੀ ਜਿਹੜੀ ਆ ਇਹ ਆਊਟ ਆਫ ਸਰਕਟ ਹੋ ਗਈ। ਇਹਨਾਂ ਕਲੀਅਰ ਆ? ਯੈਸ ਸਰ ਯੈਸ ਸਰ। ਤੇ ਜਦੋਂ ਬੈਟਰੀ ਆਊਟ ਆਫ ਸਰਕਟ ਹੋ ਗਈ ਹੁਣ ਤੁਹਾਡੇ ਸਰਕਟ ਚ ਦੋ ਕੰਪੋਨੈਂਟ ਰਹਿ ਗਏ ਇੰਡਕਟਰ ਔਰ ਕੈਪੈਸੀਟਰ ਅਟੈਚ ਟੂ ਦਾ ਕੀ ਕੇ ਟੂ ਠੀਕ ਆ ਯਾਨੀ ਉਹਦੀ ਆ ਸਿਚੁਏਸ਼ਨ ਅਸੀਂ ਸ਼ੋਅ ਅਪ ਕਰ ਲਈ ਬੈਟਰੀ ਅਸੀਂ ਰਿਮੂਵ ਕਰ ਚੁੱਕੇ ਹਾਂ ਤੇ ਅਸੀਂ ਆ ਦਿਖਾ ਰਹੇ ਕਿ ਇਸ ਦਾ ਕੈਪੈਸੀਟਰ ਫੁੱਲੀ ਚਾਰਜ ਆ ਠੀਕ ਹੈ ਜੀ ਔਰ ਐਸ ਸੱਚ ਇਸ ਇੰਡਕਟਰ ਕੋਇਲ ਦੇ ਨਾਲ ਅਟੈਚ ਆ ਥਰੂ ਦਾ ਕੀ ਕੇ ਟੂ ਠੀਕ ਹੈ ਜੀ ਔਰ ਕਿਉਂਕਿ ਇਸ ਮੂਵਮੈਂਟ ਤੇ ਇਸ ਵੇਲੇ ਕੈਪੈਸੀਟਰ ਚ ਜਿਹੜਾ ਚਾਰਜ ਸਟੋਰ ਕੀਤਾ ਹੋਇਆ ਇਹ ਫਲੋ ਕਰਨਾ ਸ਼ੁਰੂ ਨਹੀਂ ਹੋਇਆ ਠੀਕ ਆ ਇਹਦੀ ਇੱਕ ਪਲੇਟ ਹਾਈ ਪੋਟੈਂਸ਼ੀਅਲ ਤੇ ਆ ਇੱਕ ਪਲੇਟ ਦੀ ਲੋ ਪੋਟੈਂਸ਼ੀਅਲ ਤੇ ਆ ਜਿਹਦੇ ਕਰਕੇ ਕੈਪੈਸੀਟਰ ਦੀ ਦੋ ਪਲੇਟ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋ ਗਿਆ ਔਰ ਇਸ ਪੋਟੈਂਸ਼ੀਅਲ ਡਿਫਰੈਂਸ ਦੇ ਕਰਕੇ ਸਰਕਟ ਚ ਕਰੰਟ ਫਲੋ ਕਰਦਾ। ਆ ਗੱਲ ਸਮਝ ਲੱਗੀ ਜੋ ਮੈਂ ਬੋਲੀ? ਯੈਸ ਸਰ ਯੈਸ ਸਰ। ਜਿੰਨਾ ਪੁੱਤ ਕੈਪੈਸੀਟਰ ਜਦੋਂ ਅਸੀਂ ਇੱਥੇ ਕਹਿੰਦੇ ਕਿ ਵੀ ਆ ਇੱਕ ਜਸਟ ਐਗਜ਼ਾਮਪਲ ਕੋਡ ਕਰ ਰਿਹਾ ਕਿ ਆ ਇੱਕ ਰੈਜ਼ਿਸਟਰ ਆ ਇਸ ਰੈਜ਼ਿਸਟਰ ਨੂੰ ਤੁਸੀਂ ਇੱਕ ਬੈਟਰੀ ਨਾਲ ਅਟੈਚ ਕਰ ਉਹ ਕਹਿੰਦਾ ਜੀ ਬੈਟਰੀ ਕੀ ਕਰਦੀ ਪਈ ਆ ਆ ਰੈਜ਼ਿਸਟਰ ਦੇ ਦੋ ਟਰਮੀਨਲ ਦੇ ਵਿੱਚ ਇਹਨੇ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰਤਾ ਤੇ ਜਦੋਂ ਪੋਟੈਂਸ਼ੀਅਲ ਡਿਫਰੈਂਸ ਦੋ ਟਰਮੀਨਲ ਚ ਕ੍ਰੀਏਟ ਹੋਏਗਾ ਇਹਦੇ ਕਰਕੇ ਸਰਕਟ ਚ ਕਰੰਟ ਫਲੋ ਕਰੂ। ਹੁਣ ਇਹੀ ਸੇਮ ਚੀਜ਼ ਆਪਾਂ ਇੱਥੇ ਬਣਾਉਂਦੇ ਹਾਂ ਕਿ ਕੈਪੈਸੀਟਰ ਦੀ ਦੋ ਪਲੇਟ ਜਿਹੜੀਆਂ ਨੇ ਇਹ ਇੱਕ ਤਰ੍ਹਾਂ ਬੈਟਰੀ ਦਾ ਕੰਮ ਕਰਨਗੀ। ਪਹਿਲਾਂ ਇਹਨਾਂ ਨੇ ਬੈਟਰੀ ਤੋਂ ਚਾਰਜ ਲੈ ਕੇ ਆਪਣੇ ਆਪ ਚ ਸਟੋਰ ਕਰ ਲਿਆ
ठीक है जी, यानी इहदे अंदर इलैक्ट्रिकल फॉर्म च एनर्जी स्टोर हो चुकी, ठीक है, पर इसने आ की प्रेस नहीं की, इसलिए कोई चार्ज सर्किट च हजे फ्लो नहीं कर रहे, इसलिए असीं लिखा सर्किट का करंट उस वेले जीरो है, और करंट हजे फ्लो नहीं कराया तो जी कहने सर्किट का करंट उदो जीरो। क्या इनी गल क्लियर है? यस सर। इस तो बाद हुन शुरू की करांगे एसले जिन्नी एनर्जी आ वो कैपेसिटर दे अक्रॉस तुहाडी स्टोर है, ठीक है, ते आ फिगर नु एक बारी दोबारा इथे इदा दसन लगिया कि भी तुहाडे कोल एसले एक इंडक्टर कॉइल सी, ठीक है, और एक मेरे कोल एसले कैपेसिटर सी, ठीक है जी, आही फिगर इथे इदा दोबारा बनाना, एक इंडक्टर कॉइल आ एक कैपेसिटर आ, ते जे मैं इहदे नीचे दो बार ग्राफ बनाने हो एनर्जी दे कोरस्पोंडिंग बार ग्राफ बनाओ ते इस वेले जिन्नी एनर्जी स्टोर आ ओ किहदे कोल आ, इस वेले जिन्नी एनर्जी आ ओ किहदे कोल आ बेटा, कैपेसिटर, कैपेसिटर, ते असीं कैपेसिटर दे अक्रॉस जिहड़ा बार ग्राफ है ना इहनूं मैक्सिमम हाइट दे देंगे, इहदे नीचे लिख रहे हां यूई, यानी एनर्जी स्टोर्ड इन कैपेसिटर इलेक्ट्रिक फॉर्म, ठीक है, और मैग्नेटिक एनर्जी मेरी जीरो है, यानी इहदा बार ग्राफ असीं जीरो लाइन दिखाने, यानी इनिशियल कंडीशन जदों डिवाइस तो तुसी ऑसिलेशन जनरेट करनी है ना ते वो आ इनिशियल कंडीशन है कि भी जिन्नी भी एनर्जी स्टोर है वो ऐसे कैपेसिटर चा इंडक्टर दी एनर्जी जीरो। नाउ व्हाट हैपन करना, यू प्रेस द की के, आ की प्रेस कर रहे, हुण जदों मैं के टू की प्रेस करांगा सर्किट मेरा एलसी ऑसिलेटर वाला कंप्लीट हो गया, और होया कि इस मोमेंट ते जदों आ सर्किट तुहाडा कंप्लीट होया कैपेसिटर दे अक्रॉस जिहड़ा चार्ज आ उह सर्किट च फ्लो करना शुरू करू, इन्नी गल समय लगदी पई? यस सर, यस सर। चलो हुण जे इत्थों चार्ज फ्लो करेगा ते चार्ज ऑलवेज फ्लो फ्रॉम द पॉजिटिव प्लेट टुवर्ड्स द नेगेटिव, यानी यदि इस पॉजिटिव प्लेट तो सर्किट च चार्ज फ्लो करदा पिया थ्रू इंडक्टर कॉइल टुवर्ड्स द नेगेटिव प्लेट, ते जदो इंडक्टर कॉइल दे थ्रू चार्ज फ्लो कीता है ना, यानी नॉन जीरो करंट सर्किट च फ्लो कीता, ते करंट दे करके कॉइल मेरी की होनी शुरू हो जू, मैग्नेटाइज, जदो कॉइल दे अक्रॉस असीं कहिंदे जी करंट फ्लो करदा कॉइल दे अक्रॉस मैग्नेटिक फील्ड बनदा, असीं कहिंदे कॉइल मेरी मैग्नेटाइज होनी शुरू होगी, ते जदों कॉइल मैग्नेटाइज होनी शुरू हो गई क्या इस कैपेसिटर दे अक्रॉस जिहड़ा चार्ज आ उहदी अमाउंट ओनी बनी रहू? नो सर, नहीं, असीं कहिंदे कैपेसिटर डिस्चार्ज होना शुरू हो गया, हुण जिदा जिदा कैपेसिटर डिस्चार्ज हो रहा इहदे अक्रॉस जिहड़ी इलैक्ट्रिकल एनर्जी ओह लॉस होनी शुरू हो जू, और इहदी जिन्नी इलैक्ट्रिकल एनर्जी लॉस हुंदी पई आ that will appear across the inductor coil in form of magnetic energy, yani edi electrical energy da loss hunda jayega decrease kar di jayegi, te jinni energy decrease karegi oh is coil de across magnetic energy ban ke aau, yes sir, ehi same situation assi next figure ch dikhayega ki jadon capacitor de across eh sirf symbolically dikha rahe hain ke pehle 4 positive 4 negative dikhaye si, इसलिए आप कैपेसिटर की प्लेट च 4 एरोहेड दिखाते, अगली फिगर असीं दिखाई आ कि भी कैपेसिटर हाफ डिस्चार्ज हो गया, जदों डिस्चार्ज हो गया ते इहदे अक्रॉस असीं 2 पॉजिटिव 2 नेगेटिव दिखाते, मतलब कैपेसिटर दे अक्रॉस जिहड़ी एनर्जी आ ओह हाफ रह गई, ते हाफ एनर्जी मेरी जिहड़ी आ ओह किहदे कोल चलेगी? इंडक्टर, इंडक्टर, ते असीं कहिंदे जी इंडक्टर कॉइल दे क्रॉस जदों मेरी एनर्जी गई आ ते इहदा मतलब इंडक्टर कॉइल मेरे कोल मैग्नेटाइज होनी शुरू होगी, इच एनर्जी मैग्नेटिक फॉर्म च बननी शुरू होगी, और जिन्नी इच मैग्नेटिक एनर्जी बनदी जाएगी ओनी इस कैपेसिटर दी इलैक्ट्रिकल एनर्जी असीं कहिंदे लॉस हुंदी जाऊ, इस चीज नूं सिंबॉलिकली आ दिखा दांगा कि भी इत्थे हाफ एनर्जी मेरी मैग्नेटिक बन चुकी और हाफ एनर्जी मेरे को इलेक्ट्रिकल, यानी इसका बार ग्राफ की हाइट घट ली जाएगी और इहदे वाले बार ग्राफ की हाइट मेरे को जिहड़ी ओह कहिंदा जी इनक्रीज कर ली जाऊ,
यानी एस वेले मेरे को जेड़ा होएगा हाफ ऑफ द एनर्जी इलेक्ट्रिकल और हाफ ऑफ द एनर्जी मैग्नेटिक फॉर्म चार्ज, क्या इन्हीं गल क्लियर है? यस ठीक है। सो पुत्र जदो ऐसे च आ सिचुएशन होएगी वो कहता जी ऐसे च जिदा जिदा इलेक्ट्रिकल एनर्जी लॉस हो रही है सर्किट च फ्लो करने वाले करंट दी अमाउंट इनक्रीज हो रही है। ਕਿਉਂ ਜੀ ਜਦੋਂ ਕਪੈਸਿਟਰ ਦੀ ਪਲੇਟ ਚ ਚਾਰਜ ਮੈਕਸਿਮਮ ਸੀ, ਮੈਂ ਬਾਰ-ਬਾਰ ਕਹਿ ਰਿਹਾ ਅੱਗੇ ਜਾ ਕੇ ਕਿਸੇ ਇੱਕ ਥਾਂ ਤੇ ਆਪਾਂ ਨੂੰ ਇਸ ਲਾਈਨ ਦੀ ਲੋੜ ਪੈਣੀ, ਜਦੋਂ ਚਾਰਜ ਤੁਹਾਡਾ ਸ਼ੁਰੂ ਚ ਮੈਕਸਿਮਮ ਸੀਗਾ ਕਰੰਟ ਜ਼ੀਰੋ ਸੀ, ਠੀਕ ਹੈ ਜੀ। ਜਦੋਂ ਚਾਰਜ ਪਲੇਟ ਦੇ ਅਕ੍ਰੋਸ ਡਿਕਰੀਜ਼ ਕਰਨਾ ਸ਼ੁਰੂ ਹੋਇਆ ਤੇ ਸਰਕਲ ਦੇ ਅੰਦਰ ਚਾਰਜ ਦੇ ਫਲੋ ਕਰਕੇ ਕਰੰਟ ਇਨਕਰੀਜ਼ ਹੋਣਾ ਸ਼ੁਰੂ ਹੋ ਗਿਆ। ਹੁਣ ਉਹ ਸਟੇਜ ਆ ਜਾਏਗੀ ਜਦੋਂ ਕਪੈਸਿਟਰ ਬਿਕਮ ਫੁੱਲੀ ਡਿਸਚਾਰਜ, ਜਦੋਂ ਕਪੈਸਿਟਰ ਮੇਰਾ ਫੁੱਲ ਡਿਸਚਾਰਜ ਹੋ ਜਾਏਗਾ ਅਸੀਂ ਕਹਿੰਦੇ ਜੀ ਸਾਰੇ ਦੀ ਸਾਰੀ ਐਨਰਜੀ ਉਸਨੇ ਇਸ ਇੰਡਕਟਰ ਕੋਇਲ ਦੇ ਕ੍ਰੋਸ ਮੈਗਨੈਟਿਕ ਐਨਰਜੀ ਬਣ ਜੂ। ਯੈਸ ਸਰ। ਜਦੋਂ ਇੰਡਕਟਰ ਕੋਇਲ ਚ ਮੈਗਨੈਟਿਕ ਐਨਰਜੀ ਮੇਰੀ ਮੈਕਸਿਮਮ ਹੋ ਗਈ ਔਰ ਇੱਥੇ ਅਸੀਂ ਕਹਿੰਦੇ ਜੀ ਇਲੈਕਟ੍ਰੀਕਲ ਐਨਰਜੀ ਮੇਰੀ ਜ਼ੀਰੋ ਚਲੇਗੀ, ਹਨਾ, ਅਸੀਂ ਕਹਿੰਦੇ ਕਪੈਸਿਟਰ ਫੁੱਲੀ ਡਿਸਚਾਰਜ ਹੋ ਗਿਆ ਤੇ ਇਸ ਵੇਲੇ ਤੱਕ ਸਰਕਟ ਦਾ ਕਰੰਟ ਮੈਕਸਿਮਮ ਆ ਗਿਆ। ਚਾਰਜ ਮੈਕਸਿਮਮ ਸੀ, ਕਰੰਟ ਜ਼ੀਰੋ ਸੀ, ਚਾਰਜ ਜਦੋਂ ਕਪੈਸਿਟਰ ਦੀ ਪਲੇਟ ਚ ਜ਼ੀਰੋ ਹੋਇਆ ਤੇ ਕਰੰਟ ਮੈਕਸਿਮਮ ਤੇ ਪਹੁੰਚ ਗਿਆ, ਕਿ ਇਹਨੇ ਗੱਲ ਕਲੀਅਰ ਆ? ਯੈਸ ਸਰ। ਹੁਣ ਜੇ ਇੱਥੇ ਬਾਰ ਗ੍ਰਾਫ ਸ਼ੋਅ ਅਪ ਕਰ ਦਈਏ ਤੇ ਉਹਦਾ ਮਤਲਬ ਇਹ ਹੋਏਗਾ ਕਿ ਜਦੋਂ ਕਪੈਸਿਟਰ ਮੇਰਾ ਕੰਪਲੀਟ ਡਿਸਚਾਰਜ ਹੋ ਗਿਆ, ਹਨਾ, ਤੇ ਇਹਦਾ ਬਾਰ ਗ੍ਰਾਫ ਜਿਹੜਾ ਦੈਟ ਰਿਡਿਊਸਿਸ ਟੂ ਜ਼ੀਰੋ, ਯਾਨੀ ਇਹਦੀ ਇਲੈਕਟ੍ਰੀਕਲ ਐਨਰਜੀ ਜ਼ੀਰੋ ਹੋ ਜਾਏਗੀ ਤੇ ਆਹ ਬਾਰ ਗ੍ਰਾਫ ਦੀ ਹਾਈਟ ਮੇਰੀ ਜਿਹੜੀ ਇਨਕਰੀਜ਼ ਹੋ ਕੇ ਸਾਰੇ ਦੀ ਸਾਰੀ ਐਨਰਜੀ ਕਿਹੜੀ ਫਾਰਮ ਚ ਆ ਗਈ? ਮੈਗਨੈਟਿਕ। ਕਿਆ ਇੰਨੇ ਕੇਸ ਪਹਿਲਾਂ ਕਲੀਅਰ ਆ? ਇੱਥੇ ਤੱਕ ਗੱਲ ਕਰਾਂ ਤੇ ਕਪੈਸਿਟਰ ਦੀ ਕੰਪਲੀਟ ਚਾਰਜਿੰਗ ਸਟੇਟ ਤੋਂ ਲੈ ਕੇ ਆਪਾਂ ਕਪੈਸਿਟਰ ਦੀ ਕੰਪਲੀਟ ਡਿਸਚਾਰਜਿੰਗ ਸਟੇਟ ਤੱਕ ਆ ਚੁੱਕੇ ਹਾਂ, ਕਿਆ ਇਹਨਾਂ ਕਲੀਅਰ ਆ? ਯੈਸ ਸਰ। ਚਲੋ ਅੱਗੇ ਸਮਝੋ, ਕਹਿੰਦਾ ਜੀ ਜਦੋਂ ਹੁਣ ਸਰਕਟ ਚ ਫਰਦਰ ਚਾਰਜ ਫਲੋ ਨਹੀਂ ਕਰਨਾ, ਕਰੰਟ ਤੁਹਾਡਾ ਮੈਕਸਿਮਮ ਲੈਵਲ ਅਚੀਵ ਕਰ ਗਿਆ, ਇਸ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਮੈਕਸਿਮਮ ਹੋ ਗਿਆ, ਹੁਣ ਜਦੋਂ ਮੈਕਸਿਮਮ ਹੋ ਗਿਆ ਤੇ ਇਸ ਕੋਇਲ ਚ ਕਿਆ ਫਰਦਰ ਫਲਕਸ ਚੇਂਜ ਹੋਏਗੀ? ਆਪਾਂ ਜੇ ਆਹ ਫਾਰਮੂਲੇ ਨਾਲ ਚਲੀਏ ਬੀ ਇਕੁਅਲ ਟੂ ਮਿਊ ਨੋਟ ਐਨ ਆਈ ਤੇ ਆਈ ਦੀ ਵੈਲਿਊ ਇਸ ਵੇਲੇ ਆਪਣੀ ਕੀ ਹੋ ਚੁੱਕੀ ਹੈ? ਮੈਕਸਿਮਮ। ਤੇ ਜੇ ਆਈ ਮੈਕਸ ਹੋ ਗਿਆ ਤੇ ਮੈਗਨੈਟਿਕ ਫੀਲਡ ਵੀ ਮੈਕਸਿਮਮ ਪਹੁੰਚ ਗਿਆ। ਕੋਈ ਕਲੀਅਰ ਆ? ਕਿਸੇ ਵੀ ਚੀਜ਼ ਦੀ ਮੈਕਸਿਮਮ ਜਾਂ ਮਿਨੀਮਮ ਵੈਲਿਊ ਹਮੇਸ਼ਾ ਕਾਂਸਟੈਂਟ ਹੁੰਦੀ ਆ। ਯੈਸ। ਓਏ ਗੱਲ ਸਮਝ ਲੱਗਦੀ ਵੀ ਸਾਰਿਆਂ ਨੂੰ? ਯੈਸ ਸਰ। ਯੈਸ ਸਰ। ਯੈਸ ਸਰ। ਤੇ ਦੱਸ ਦਿਆ ਕਰੋ ਬੇਟਾ। ਸੋ ਜਦੋਂ ਫਲਕਸ ਦੀ ਵੈਲਿਊ ਤੁਹਾਡੀ ਮੈਕਸਿਮਮ ਹੋ ਗਈ, ਤੁਸੀਂ ਇਹ ਚੀਜ਼ ਪੜ੍ਹੀ ਆ ਕਿ ਕਿਸੇ ਵੀ ਚੀਜ਼ ਦੀ ਮੈਕਸਿਮਮ ਵੈਲਿਊ ਕਾਂਸਟੈਂਟ ਹੁੰਦੀ ਹੈ ਤੇ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਕੀ ਹੋ ਜੂਗੀ? ਜ਼ੀਰੋ। ਸਰ ਯਾ ਤਾਂ ਸਮਝ ਲਓ, ਠੀਕ ਆ, ਮੈਂ ਇੱਥੇ ਤਾਂ ਬਿਠਾਇਆ ਕਿ ਵੀ ਘਰ ਤੁਸੀਂ ਪਹੁੰਚ ਨਹੀਂ ਪਾਉਣਾ ਤੇ ਹੁਣ ਤੁਸੀਂ ਪੜ੍ਹਦੇ ਨਹੀਂ, ਜਾਂ ਪੜ੍ਹ ਲਓ ਤੇ ਜਾਂ ਚਲੇ ਜਾਓ, ਕੀ ਕਰਨਾ ਬੋਲੋ? ਕਹਿੰਦਾ ਕੁਛ ਵੀ ਨਹੀਂ, ਮੈਂ ਘਸਾਉਂਦਾ ਫਿਰ ਨਾ ਇੱਧਰ ਕਰ ਲਾ ਕੰਮ। ਕਹਿੰਦਾ ਜਦੋਂ ਫਲਕਸ ਦੀ ਵੈਲਿਊ ਮੈਕਸਿਮਮ ਹੋਏਗੀ ਤੇ ਤੁਹਾਡੇ ਕੋਲ ਸਰਕਟ ਦੇ ਅੰਦਰ ਉਦੋਂ EMF ਇੰਡਿਊਸ ਜਿਹੜੀ ਆ ਉਹ ਜ਼ੀਰੋ ਹੋ ਜੂ ਬੇਟਾ। ਯੈਸ ਸਰ। ਹੁਣ ਇਸੇ ਲਾਈਨ ਨੂੰ ਅੱਗੇ ਕੰਟੀਨਿਊ ਕਰ ਰਿਹਾ, ਬਾਰ ਬਾਰ ਕਹਿ ਰਿਹਾ, ਇੱਥੇ ਤੱਕ ਤੁਹਾਡੇ ਕੋਲ ਕਪੈਸਿਟਰ ਦੀ ਡਿਸਚਾਰਜਿੰਗ ਸਟੇਟ ਆਈ ਆ ਤੇ ਕੋਇਲ ਦੀ ਮੈਗਨੇਟਾਈਜੇਸ਼ਨ ਸਟੇਟ ਆਈ ਆ। ਇਸ ਤੋਂ ਬਾਅਦ ਕੀ ਹੋਏਗਾ? ਜਦੋਂ ਕੋਇਲ ਦੇ ਅਕ੍ਰੋਸ ਫਰਦਰ ਮੈਗਨੈਟਿਕ ਫੀਲਡ ਗਰੋ ਨਹੀਂ ਕਰੇਗਾ, ਹਨਾ, ਤੇ ਇਸ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਜਿਹੜਾ ਉਹ ਕੋਲੈਪਸ ਕਰਨਾ ਸ਼ੁਰੂ ਕਰੇਗਾ, ਮਤਲਬ ਜਿਹੜੀ ਇਲੈਕਟ੍ਰੀਕਲ ਐਨਰਜੀ ਇੱਥੇ ਤੱਕ ਆਉਂਦੇ ਆਉਂਦੇ ਮੈਗਨੈਟਿਕ ਫਾਰਮ ਚ ਕਨਵਰਟ ਹੋਈ ਆ, ਇਸ ਐਨਰਜੀ ਦੀ ਦੁਬਾਰਾ ਜਿਹੜੀ ਐਨਰਜੀ ਮੇਰੀ ਇੱਥੇ ਮੈਗਨੈਟਿਕ ਫਾਰਮ ਚ ਸਟੋਰ ਹੋਈ ਆ, ਜਦੋਂ ਫਰਦਰ ਮੈਗਨੈਟਿਕਲੀ ਗਰੋ ਕਰਨਾ ਬੰਦ ਹੋਇਆ ਬੇਟਾ,
ਅਸੀਂ ਕਹਿੰਦੇ ਜੀ ਐਸ ਸੱਚ ਇਸ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਜਿਹੜਾ ਉਹ ਦੁਬਾਰਾ ਤੋਂ ਕੋਲੈਪਸ ਕਰਨਾ ਸ਼ੁਰੂ ਹੋ ਜਾਏਗਾ, ਮਤਲਬ ਫਰਦਰ ਗਰੋਥ ਬੰਦ ਹੋ ਗਈ, ਹੋਰ ਗਰੋਥ ਨਹੀਂ ਕਰਨਾ, ਤੇ ਫਿਰ ਇਹ ਚ ਮੈਗਨੈਟਿਕ ਫੀਲਡ ਦੀ ਚੇਂਜ ਜਦੋਂ ਬੰਦ ਹੋਈ, EMF ਇੰਡਿਊਸ ਹੋਣੀ ਬੰਦ ਹੋ ਗਈ, ਠੀਕ ਹੈ। ਤਾਂ ਅਸੀਂ ਕਹਿੰਦੇ ਜੀ ਉਸ ਤੋਂ ਫਰਦਰ ਕੀ ਹੋਣਾ ਸ਼ੁਰੂ ਹੋ ਜੂ, ਕੋਇਲ ਤੁਹਾਡੀ ਜਿਹੜੀ ਆ ਮੈਗਨੈਟਿਕ ਫੀਲਡ ਨੂੰ ਕੋਲੈਪਸ ਕਰਨਾ ਸ਼ੁਰੂ ਕਰੇਗੀ, ਯਾਨੀ ਪਹਿਲਾਂ ਇਹਦੀ ਮੈਗਨੇਟਾਈਜੇਸ਼ਨ ਹੋਈ ਤੇ ਇਹਦੀ ਡਿਸਚਾਰਜਿੰਗ ਹੋਈ, ਹੁਣ ਇਹਦੀ ਡੀਮੈਗਨੇਟਾਈਜੇਸ਼ਨ ਸ਼ੁਰੂ ਹੋਏਗੀ ਤੇ ਇਹਦੀ ਰੀਚਾਰਜਿੰਗ ਸ਼ੁਰੂ ਹੋ ਜਾਏ। ਇਹਦਾ ਮਤਲਬ ਜਦੋਂ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਦੀ ਸਟਰੈਂਥ ਹੋਰ ਨਹੀਂ ਵਧਣੀ, ਹਨਾ, ਤੇ ਇਹਦੇ ਅਕ੍ਰੋਸ ਮੈਗਨੈਟਿਕ ਫੀਲਡ ਡਿਕਰੀਜ਼ ਕਰਨਾ ਸ਼ੁਰੂ ਕਰੇਗਾ, ਤੇ ਜਦੋਂ ਇਹਦੇ ਅਕ੍ਰੋਸ ਮੈਗਨੈਟਿਕ ਫੀਲਡ ਡਿਕਰੀਜ਼ ਕਰਨਾ ਸ਼ੁਰੂ ਹੋਇਆ, ਯਾਨੀ ਮੈਗਨੈਟਿਕ ਫੀਲਡ ਚੇਂਜ ਹੋਣਾ ਸ਼ੁਰੂ ਹੋਇਆ, ਤੇ ਫਿਰ ਉਹੀ ਸੇਮ ਚੀਜ਼, ਮੈਗਨੈਟਿਕ ਫੀਲਡ ਚੇਂਜ ਦਾ ਮਤਲਬ ਆ ਫਲਕਸ ਚੇਂਜ ਹੋਏਗੀ, ਔਰ ਫਲਕਸ ਚੇਂਜ ਹੋਣ ਦਾ ਮਤਲਬ ਆ EMF ਇੰਡਿਊਸ ਹੋ, ਤੇ ਜਿਹੜੀ EMF ਦੁਬਾਰਾ ਸਰਕਟ ਚ ਇੰਡਿਊਸ ਹੋਣੀ ਆ ਉਹਨੇ ਤੁਹਾਡਾ ਕੈਪੈਸਿਟਰ ਦੁਬਾਰਾ ਤੋਂ ਰੀਚਾਰਜ ਕਰਨਾ ਸ਼ੁਰੂ ਕਰਨਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸ਼ੁਰੂ ਚ ਕੈਪੈਸਿਟਰ ਅਸੀਂ ਬੈਟਰੀ ਨਾਲ ਚਾਰਜ ਕੀਤਾ ਸੀ, ਹਨਾ, ਹੁਣ ਇੱਥੇ ਇਸ ਕੈਪੈਸਿਟਰ ਨੂੰ ਰੀਚਾਰਜਿੰਗ ਜਿਹੜੀ ਆ ਉਹ ਇਸ ਇੰਡਕਟਰ ਕੋਇਲ ਦੇ ਥਰੂ ਕਰਾਂਗੇ। ਕਿ ਆਹ ਗੱਲ ਸਮਝ ਆਈ ਜੋ ਤੁਸੀਂ? ਯੈਸ ਸਰ, ਯੈਸ ਸਰ। ਕੈਪੈਸਿਟਰ ਦੇ ਅਕ੍ਰੋਸ ਅਸੀਂ ਕਹਿੰਦੇ ਰੀਚਾਰਜਿੰਗ ਸ਼ੁਰੂ ਹੋਈ, ਹਨਾ, ਤੇ ਪੁੱਤ ਇਸ ਵੇਲੇ ਇਹਦੇ ਅਕ੍ਰੋਸ ਫਲਕਸ ਡਿਕਰੀਜ਼ ਕਰਦੀ ਪਈ, ਤੇ ਜਦੋਂ ਇਹਨੇ ਰੀਚਾਰਜ ਹੋਣਾ ਸ਼ੁਰੂ ਹੋਣਾ ਤੇ ਇਹਦੇ ਅਕ੍ਰੋਸ ਕਰੰਟ ਦੀ ਡਾਇਰੈਕਸ਼ਨ ਜਿਹੜੀ ਹੋਏਗੀ, ਠੀਕ ਹੈ ਜੀ, ਉਹ ਮੇਰੇ ਕੋਲ ਓਰਿਜਿਨਲ ਕੰਡੀਸ਼ਨ ਨਾਲ ਉਹ ਰਿਵਰਸ ਆ ਜਾਣੀ। ਆ ਇਸੇ ਥਾਂ ਤੇ ਪਿਕਚਰ ਚ ਫਿਰ ਦੁਬਾਰਾ ਦੱਸ ਗਿਆ ਕਿ ਜਿਹੜੀ ਮੇਰੇ ਕੋਲ ਐਸ ਐਚ ਕੋਇਲ ਦੇ ਅਕ੍ਰੋਸ ਮੈਗਨੈਟਿਕ ਐਨਰਜੀ ਬਣੀ ਆ, ਹੁਣ ਜਿੱਦਾਂ ਜਿੱਦਾਂ ਮੇਰੀ ਮੈਗਨੈਟਿਕ ਐਨਰਜੀ ਇਸ ਕੋਇਲ ਦੇ ਅਕ੍ਰੋਸ ਡਿਕਰੀਜ਼ ਕਰਨੀ ਸ਼ੁਰੂ ਕਰੇਗੀ ਤੇ ਕੈਪੈਸਿਟਰ ਤੁਹਾਡਾ ਰੀਚਾਰਜ ਹੋਏਗਾ, ਬਟ ਰੀਚਾਰਜਿੰਗ ਸ਼ੁੱਡ ਬੀ ਇਨ ਸੱਚ ਏ ਵੇ ਕਿ ਨਾ ਲੋਅਰ ਪਲੇਟ ਵਿਲ ਅਕਵਾਇਰ ਦਾ ਪੋਜ਼ਿਟਿਵ ਐਂਡ ਅਪਰ ਪਲੇਟ ਅਕਵਾਇਰ ਦਾ ਨੈਗੇਟਿਵ। ਪਹਿਲਾਂ ਫਿਰ ਰਿਪੀਟ ਕਰ ਰਿਹਾ, ਪਹਿਲਾਂ ਕੀ ਸੀਗਾ, ਕੈਪੈਸਿਟਰ ਚ ਚਾਰਜ ਬੈਟਰੀ ਨਾਲ ਸਟੋਰ ਕਰ ਲਿਆ, ਜਦੋਂ ਕੈਪੈਸਿਟਰ ਚਾਰਜ ਸਟੋਰ ਕਰ ਲਿਆ ਫਿਰ ਕੈਪੈਸਿਟਰ ਦਾ ਚਾਰਜ ਸਰਕਟ ਚ ਫਲੋ ਕਰਨਾ ਸ਼ੁਰੂ ਹੋਇਆ, ਠੀਕ ਆ, ਤੇ ਜਦੋਂ ਇਹਦਾ ਚਾਰਜ ਫਲੋ ਕੀਤਾ ਤੇ ਲੈਟ ਵੀ ਸੇ ਕਿ ਵੀ ਉਹ ਮੇਰੇ ਕੋਲ ਐਸ ਸੱਚ ਇਸ ਕੋਇਲ ਚ ਟੌਪ ਟੂ ਬੋਟਮ ਜਾ ਰਿਹਾ ਸੀ। ਹੁਣ ਇਸ ਕੋਇਲ ਦੇ ਜਦੋਂ ਡੀਮੈਗਨੇਟਾਈਜ਼ ਹੋਣਾ ਸ਼ੁਰੂ ਹੋਈ ਇਹਨੇ ਸਰਕਟ ਦੇ ਅੰਦਰ ਫਿਰ ਦੁਬਾਰਾ ਤੋਂ ਫਲਕਸ ਚੇਂਜ ਕਰਾਈ, ਔਰ ਫਲਕਸ ਦੇ ਚੇਂਜ ਹੋਣ ਕਰਕੇ ਕੋਇਲ ਚ EMF ਇੰਡਿਊਸ ਹੋਈ, ਉਸ ਇੰਡਿਊਸਡ EMF ਕਰਕੇ ਫਿਰ ਕਰੰਟ ਫਲੋ ਕੀਤਾ, ਬਟ ਨਾਉ ਕਰੰਟ ਸ਼ੁੱਡ ਬੀ ਫਲੋਇੰਗ ਇਨ ਓਪੋਜ਼ਿਟ ਡਾਇਰੈਕਸ਼ਨ ਟੂ ਦਾ ਅਪਲਾਈਡ ਕਰੰਟ। ਤੁਹਾਡਾ ਅਪਲਾਈਡ ਕਰੰਟ ਜਿਹੜਾ ਸਰਕਟ ਚ ਸੀਗਾ, ਹਨਾ, ਜੇ ਉਹ ਟੌਪ ਟੂ ਬੋਟਮ ਫਲੋ ਕਰ ਰਿਹਾ ਸੀ, ਹੁਣ ਇਸ ਵੇਲੇ ਇਸ ਦੇ ਅੰਦਰ ਜਦੋਂ ਕਰੰਟ ਫਲੋ ਕਰੇਗਾ ਉਹਦੀ ਡਾਇਰੈਕਸ਼ਨ ਓਰਿਜਿਨਲ ਕਰੰਟ ਦੀ ਡਾਇਰੈਕਸ਼ਨ ਤੋਂ, ਕਿਉਂਕਿ ਇੰਡਿਊਸ ਹੋ ਕੇ ਆਇਆ ਵਾ ਕਰੰਟ, ਇਸ ਲਈ ਉਹਦੀ ਡਾਇਰੈਕਸ਼ਨ ਓਰਿਜਿਨਲ ਕਰੰਟ ਤੋਂ ਰਿਵਰਸ ਹੋ ਜਾ। ਇਹਦਾ ਮਤਲਬ ਇਹ ਹੋਏਗਾ ਕਿ ਲੋਅਰ ਪਲੇਟ ਮੇਰੀ ਪੋਜ਼ਿਟਿਵਲੀ ਚਾਰਜ ਔਰ ਅਪਰ ਪਲੇਟ ਮੇਰੀ ਨੈਗੇਟਿਵ, ਔਰ ਜਿੰਨੀ ਇਹਦੇ ਅੰਦਰ ਐਸ ਸੱਚ ਮੇਰੇ ਕੋਲ ਇਲੈਕਟ੍ਰੀਕਲ ਐਨਰਜੀ ਰੀ ਅਪੀਅਰ ਹੋਣੀ ਸ਼ੁਰੂ ਹੋਏਗੀ, ਓਨੀ ਇਸ ਇੰਡਕਟਰ ਕੋਇਲ ਦੇ ਕ੍ਰੋਸ ਜਿਹੜੀ ਆ ਮੈਗਨੈਟਿਕ ਐਨਰਜੀ ਮੇਰੀ ਲੋਸ ਹੋਣੀ ਸ਼ੁਰੂ ਹੋ ਜੂ। ਯਾਨੀ ਜਿੱਥੇ ਚਾਰ ਆਪਾਂ ਲਾਈਨਾਂ ਦਿਖਾਉਂਦੇ ਪਏ ਹਾਂ ਮੈਗਨੈਟਿਕ, ਉਹਦਾ ਮਤਲਬ ਆ ਕਿ ਇੱਥੋਂ ਚਾਰ ਇਲੈਕਟ੍ਰੀਕਲ ਫਾਰਮ ਚ ਐਨਰਜੀ ਲੋਸ ਦਿਖਾਤੇ, ਚਾਰੇ ਦੇ ਚਾਰੇ ਆਪਾਂ ਮੈਗਨੈਟਿਕ ਫਾਰਮ ਚ ਐਨਰਜੀ ਦੇ ਉੱਤੇ ਸ਼ੋਅ ਅਪ ਕਰਨਾ। ਹੁਣ ਜਦੋਂ ਦੁਬਾਰਾ ਤੋਂ ਕੈਪੈਸਿਟਰ ਰੀਚਾਰਜ ਹੋਣਾ ਸ਼ੁਰੂ ਹੋਇਆ ਤੇ ਇਹਦਾ ਮਤਲਬ ਆ ਇੱਥੋਂ ਹਾਫ ਐਨਰਜੀ ਜਿਹੜੀ ਆ ਉਹ ਮੈਗਨੈਟਿਕ ਫਾਰਮ ਚ ਲੋਸ ਹੋ ਗਈ ਤੇ ਹਾਫ ਐਨਰਜੀ ਮੇਰੀ ਇਲੈਕਟ੍ਰਿਕ ਫਾਰਮ ਚ ਰੀ ਅਪੀਅਰ ਹੋ ਗਈ। ਇਹਨੀ ਗੱਲ ਸਮਝ ਲੱਗੀ? ਜਦੋਂ ਨਹੀਂ ਹੋ ਜਾਂਦੀ, ਜਦੋਂ ਐਸ ਐਚ ਦੀ ਮੈਗਨੈਟਿਕ ਐਨਰਜੀ ਲੋਸ ਹੁੰਦੀ ਜਾਏਗੀ, ਆਹ ਕੈਪੈਸਿਟਰ ਦੀ ਪਲੇਟ ਮੇਰੇ ਕੋਲ ਜਿਹੜੀਆਂ ਨੇ ਇਹ ਚਾਰਜ ਹੁੰਦੀਆਂ ਜਾਊ, ਇਹਦਾ ਮਤਲਬ ਆ ਇਹਦੇ ਅਕ੍ਰੋਸ ਮੇਰੀ ਇਲੈਕਟ੍ਰੀਕਲ ਐਨਰਜੀ ਰੀ ਅਪੀਅਰ ਹੁੰਦੀ ਜਾਊ ਤੇ ਇਹਦੇ ਅਕ੍ਰੋਸ ਜਿਹੜੀ ਮੈਗਨੈਟਿਕ ਐਨਰਜੀ ਉਹ ਮੇਰੀ ਡਿਸਟਰੋਏ ਕਰਦੀ ਜਾਏ। ਕਿਆ ਇਹਦੀ ਗੱਲ ਸਮਝ ਲੱਗਦੀ ਪਈ? ਯੈਸ ਸਰ। ਇਹਦਾ ਮਤਲਬ ਯੈਸ ਸਰ, ਕੈਪੈਸਿਟਰ ਦੁਬਾਰਾ ਤੋਂ ਚਾਰਜ ਹੋਇਆ, ਹਨਾ, ਤੇ ਬੁੱਧ ਕੈਪੈਸਿਟਰ ਕੰਪਲੀਟ ਚਾਰਜ ਜਦੋਂ ਹੋਇਆ ਤੇ ਸਾਰੇ ਦੀ ਸਾਰੀ ਐਨਰਜੀ ਮੇਰੀ
वो वापिस इलेक्ट्रिकल फॉर्म च आ गई ते मैग्नेटिक एनर्जी फिर रिड्यूस करके मेरी जीरो हो जू। इहदा मतलब है सच जे इस फिगर तो इस फिगर तक आई है ते मैनूं क्या चीज मिली इलेक्ट्रिकल एनर्जी कन्वर्टेड इनटू मैग्नेटिक एंड मैग्नेटिक अगेन कन्वर्टेड बैक इनटू इलेक्ट्रिकल। हुण जदों फिर कैपेसिटर रीचार्ज हो गया गल समझियो ध्यान नाल जदों कैपेसिटर रीचार्ज हो गया ते इहने कहिंदा जी फिर डिस्चार्ज होना शुरू मैक्सिमम चार्ज जो इच स्टोर हो गया फर्दर होर चार्ज स्टोर नहीं होना यानी मैग्नेटिक एनर्जी मेरे को जिहड़ी सीगी उन्हें एसएच इहदे अंदर ईएमएफ इंड्यूस करके कैपेसिटर नूं कंप्लीट रीचार्ज करता ते जदों कैपेसिटर मेरा कंप्लीट रीचार्ज हो गया फर्दर इच होर चार्ज कहिंदा जी स्टोर होण लई नहीं आ पाना ते जदों चार्जिंग इहदी वध हो गई ते फिर डिस्चार्ज होना शुरू हो जू। हुण जदों फिर दोबारा डिस्चार्ज होएगा करंट की डायरेक्शन ओरिजिनल करंट नाल रिवर्स हो जू क्लियर है ना। यस सर। इहदा मतलब जदों कैपेसिटर तुहाडा दोबारा तो डिस्चार्ज होना शुरू होया ते फिर दोबारा की आ जू फिर आही सेम प्रोसेस आ पर बच्चे डायरेक्शन चेंज होण करके फर्क ये होएगा कि जिहड़ी मैग्नेटिक पोल बनदे पए मैग्नेटिक फील्ड लाइन हमेशा नॉर्थ टू साउथ फ्लो करदी है ना ते जदों करंट की डायरेक्शन रिवर्स होई है ते इत्थे पोलैरिटी रिवर्स होएगी इस तो अलावा और कुछ फर्क नहीं पैना मतलब कैपेसिटर फिर दोबारा तो अपने आप नूं डिस्चार्जिंग च ले जाके की करेगा इलैक्ट्रिकल एनर्जी लॉस करू वो फिर दोबारा कॉइल दे क्रॉस मैग्नेटिक एनर्जी बन ठीक है यानी कंटीन्यूअसली अपने को मैं कंक्लूड कर रहा की हुंदा जाएगा हर बारी कैपेसिटर दे चार्ज एक बार असीं कैपेसिटर शुरू च चार्ज कीता सी बैटरी नूं उस तो बाद बैटरी बाहर कर दी ठीक है जी। हुण हो ये रहा कि कैपेसिटर नूं चार्ज करदी कॉइल और कॉइल नूं मैग्नेटाइज करदा कैपेसिटर यानी एसच एक फॉर्म च एनर्जी जिहड़ी इलैक्ट्रिकल वधदी ते दूजी फॉर्म च उही सारी इलैक्ट्रिकल एनर्जी मेरी मैग्नेटिक फॉर्म च कन्वर्ट हो जाती फिर दोबारा तो मैग्नेटिक एनर्जी जिहड़ी आ उह मेरे को रीकन्वर्ट हुंदी इलैक्ट्रिकल फॉर्म च यानी पूरे सर्किट दे अंदर की हुंदा जा रहा energies are converted from electrical to magnetic and magnetic to electrical aur ech ik assumption hai assumption e hai ki jehdi connecting wire cho current flow karda paya edi resistance assi zero ginde pae kyunki jadon wire cho current flow karna te assi mann ke chalde current de flow karan karke ethe kuch heat energy vi banu te je heat energy banugi te ida matlab je 10 joule meri electrical sigi ਇੱਥੇ 10 ਜੌਲ ਮੈਗਨੈਟਿਕ ਨਹੀਂ ਬਣੀ ਪੁੱਛੋ 1 ਜੌਲ ਮੰਨ ਲਓ ਇਲੈਕਟ੍ਰੀਕਲ ਦਾ ਹੀਟ ਦੀ ਪੰਪ ਚ ਲਾਸ ਹੋ ਗਿਆ ਤੇ ਅਗਲੀ ਵਾਰੀ ਜਦੋਂ ਕੁਆਇਲ ਮੈਗਨੇਟਾਈਜ਼ ਹੋਈ ਆ ਇਹ ਚ ਰਹੇਗੀ એનર્ਜੀ 9 ਜੌਲ ਜਦੋਂ 9 ਜੌਲ ਨੇ ਵਾਪਸ ਕਰੰਟ ਸਰਕਟ ਚ ਫਲੋ ਕਰਾਇਆ ਹਨਾ ਪੁੱਛੋ ਫੇਰ ਕੁਛ ਨਾ ਕੁਛ ਹੀਟ એનર્ਜੀ ਬਣੂ ਇਹ ਮਨ ਦੁਬਾਰਾ ਫੇਰ ਇੱਥੇ એનર્ਜੀ 8 ਜੌਲ ਰਹੇਗੀ ਇਹਦਾ ਮਤਲਬ ਕੰਟੀਨਿਊਸਲੀ ਪ੍ਰੈਕਟੀਕਲ ਸਰਕਟ ਦੇ ਅੰਦਰ ਜਿਹੜੇ ਰੀਅਲ ਸਰਕਟਸ ਨੇ ਉਹਨਾਂ ਅੰਦਰ ਜੀ ਲੈ ਕੇ ਚੱਲਦੇ ਕਿ ਵੀ ਕੁਛ ਨਾ ਕੁਛ એનર્ਜੀ ਮੇਰੀ ਲਾਸ ਹੋਏ ਬੇਟਾ ਮੈਂ ਦੋਨੋਂ ਲਾਈਨਾਂ ਕਿਹੜੀ ਗੱਲ ਕਰਕੇ ਜੋੜੀਆਂ ਕਿ ਜੇ ਆਈਡੀਅਲ ਕੈਪੈਸੀਟਰ ਆ ਆਈਡੀਅਲ ਕੈਪੈਸੀਟਰ ਆ ਆਈਡੀਅਲ ਇੰਡਕਟਰ ਆ ਤੇ ਇਹਨਾਂ 'ਚ ਕੋਈ એનર્ਜੀ ਦਾ ਲਾਸ ਨਹੀਂ ਹੈਗਾ ਇਹਦਾ ਮਤਲਬ ਆ ਉਦੋਂ ਇਹ ਸਰਕਟ ਜਿਹੜੀਆਂ ਵੇਵਸ ਜਨਰੇਟ ਕਰੇਗਾ ਆਸੀਲੇਸ਼ਨ ਜਨਰੇਟ ਕਰੇਗਾ ਹਨਾ ਉਹਨਾਂ ਆਸੀਲੇਸ਼ਨ ਅਸੀਂ ਨਾਮ ਦਿੰਨੇ ਅਨਡੈਮਡ ਆਸੀਲੇਸ਼ਨ ਪਲੱਸ 1 'ਚ ਪੜਿਆ ਸੀ ਦੋ ਤਰ੍ਹਾਂ ਦੀਆਂ ਆਸੀਲੇਸ਼ਨ ਹੁੰਦੀਆਂ ਇੱਕ ਅਨਡੈਮਡ ਇੱਕ ਡੈਮਡ ਅਨਡੈਮਡ ਆਸੀਲੇਸ਼ਨ ਕਹਿੰਦੇ ਜਿਹਦਾ ਐਂਪਲੀਟਿਊਡ ਕਹਿੰਦਾ ਜੀ ਟਾਈਮ ਦੇ ਨਾਲ ਡਿਕਰੀਜ਼ ਨਹੀਂ ਹੁੰਦਾ ਮੀਨ ਜਿਹ ਚ ਕੋਈ એનર્ਜੀ ਲਾਸ ਨਾ ਹੋਵੇ ਉਹ ਆਸੀਲੇਸ਼ਨ ਮੇਰੀਆਂ ਅਨਡੈਮਡ ਨੇ ਤੇ ਜੇ એનર્ਜੀ ਲਾਸ ਹੁੰਦਾ ਹੋਵੇ ਤੇ ਆਸੀਲੇਸ਼ਨ ਅਸੀਂ ਕੰਸੀਡਰ ਕਰਦੇ ਡੈਮਡ ਨੇ ਠੀਕ ਹੈ ਇੱਕ ਪੈਂਡੂਲਮ ਨੂੰ ਤੁਸੀਂ ਇੱਕ ਵਾਰੀ ਸਵਿੰਗ ਕਰਕੇ ਛੱਡ ਦਿਓ ਠੀਕ ਹੈ ਜੀ ਪੈਂਡੂਲਮ ਜਦੋਂ 에ਅਰ ਚ ਮੂਵ ਕਰੇਗਾ ਹੌਲੀ ਹੌਲੀ ਉਹਦੀ ਆਸੀਲੇਸ਼ਨ ਦਾ ਐਂਪਲੀਟਿਊਡ ਡਿਕਰੀਜ਼ ਕਰਦਾ ਜਾਓ ਯੈਸ ਤੇ ਜੇ ਉਹਦਾ ਐਂਪਲੀਟਿਊਡ ਡਿਕਰੀਜ਼ ਕਰ ਰਿਹਾ ਤੇ ਇਹਦਾ ਮਤਲਬ ਆ ਜਿਹੜੀ એનર્ਜੀ ਉਹ ਚ ਪੋਟੈਂਸ਼ੀਅਲ ਤੇ ਕਾਈਨੈਟਿਕ ਦੀ ਫਾਰਮ ਚ ਸਟੋਰ ਆ ਉਹ એનર્ਜੀ ਟਾਈਮ ਦੇ ਨਾਲ ਹੌਲੀ ਹੌਲੀ ਡਿਕਰੀਜ਼ ਕਰਦੀ ਗਈ ਪਰ ਅਲਟੀਮੇਟਲੀ ਉਹ એનર્ਜੀ 에ਅਰ ਚ ਹੀਟ ਦੀ ਫਾਰਮ ਚ ਲਾਸ ਹੋ ਰਹੀ ਤੇ ਉਦੋਂ ਜਿਹੜੀਆਂ ਪੈਂਡੂਲਮ ਦੀਆਂ ਆਸੀਲੇਸ਼ਨ ਜਨਰੇਟ ਹੁੰਦੀਆਂ ਉਹਨੂੰ ਅਸੀਂ ਡਿਫਾਈਨ ਕਰਦੇ ਕਿ ਉਹ ਮੇਰੀਆਂ ਡੈਮਡ ਆਸੀਲੇਸ਼ਨ ਆ ਪਰ ਉਹੀ ਪੈਂਡੂਲਮ ਦੇ ਬੌਬ ਨੂੰ ਠੀਕ ਹੈ ਯਾਨੀ ਉਸੇ ਪੈਂਡੂਲਮ ਨੂੰ ਜੇ ਮੈਂ ਵੈਕਿਊਮ ਚ ਸਵਿੰਗ ਕਰਾਂ ਤੇ ਵੈਕਿਊਮ ਦੇ ਅੰਦਰ ਮੇਰੇ ਕੋਲ ਕੋਈ એનર્ਜੀ ਲਾਸ ਨਹੀਂ ਹੋਣੀ ਇਸ ਮਤਲਬ ਉਦੋਂ ਉਹਦੀ એનર્ਜੀ ਜਿਹੜੀ ਆ ਜਿਹੜੀ ਆਸੀਲੇਸ਼ਨ ਪ੍ਰੋਡਿਊਸ ਕਰੇਗੀ ਦੋਜ਼ ਆਰ ਟੂ ਬੀ ਕਾਲਡ ਐਸ ਅਨਡੈਮਡ ਆਸੀਲੇਸ਼ਨ
यस सर अनडैम्प्ड एनर्जी लॉस नहीं होएगा मतलब जिधर एम्पलीट्यूड टाइम दे नाल डिक्रीज ना करे दोज ऑसिलेशंस आर टू बी द अनडैम्प्ड पर जे टाइम दे नाल नाल उना दा एम्पलीट्यूड डिक्रीज करे ते ऑसिलेशंस आर टू बी द डैम्प्ड ऑसिलेशन के डैम्प ते अनडैम्प ऑसिलेशन वाले वर्ड पे तो समय लगे बच्चे बांधियां सेम चीज असि जिदा कहने की पेंडलम वाले केस हुई है ना इस डिवाइस के अंदर भी ऐसी एलसी ऑसिलेटर जो एसच एनर्जी कन्वर्जन करता एलसी ऑसिलेटर जो इलैक्ट्रीकल तो मैगनैटिक मैगनैटिक तो वापस इलैक्ट्रीकल च एनर्जी की कन्वर्जन करता है ना उस मूवमेंट ने इस डिवाइस ने जिहड़ियां ऑसिलेशन प्रोड्यूस करनियां दोज आर आइदर टू बी द कहना जी अनडैम्प्ड ऑसिलेशन और दोज आर टू बी द कहना जी डैम्प्ड ऑसिलेशन हुण जे आइडियल डिवाइसिस रखा ते ऑसिलेशन असीं मानते अनडैम्प्ड पर जे रियल असीं डिवाइसिस लैके चलीए इंडक्टर ते कैपेसिटर उहदी गल कीती सीगी कि भी ये प्योर इंडक्टर दे प्योर कैपेसिटर नहीं होंगे इन्हां दे अंदर कुछ ना कुछ इन्हां दी रेजिस्टेंस रोल प्ले करती है जिदे करके दूजी आ कनेक्टिंग वायर दी भी रेजिस्टेंस है इन्हां सारे कॉजेस दे करके जिहड़ियां ऑसिलेशन इन्हें प्रोड्यूस करदियां जिहड़ी एनर्जी एक्सचेंज दे विच एनर्जी है ना हमेशा एनर्जी दी अमाउंट कंप्लीट कन्वर्ट नहीं होएगी कुछ ना कुछ एनर्जी मेरी लॉस होएगी जिदे करके ऑसिलेशन जिहड़ियां जनरेट होणगियां दोज आर टू बी द कहना जी डैम्ड ऑसिलेशन इन्नी गल समय लगी यस सर जिन्ना को तू दसदा पिया ये बुक दे विचो एक वारी सारे दा सारा थ्योरी वाला टॉपिक तुसी एक वारी रीड जरूर करना पढ़ना जरूर आ वो जरूरी होएगा तुहाडे लई जे इन्ना क्लियर है तो मैनू बोलो कि मैं दा मैथमेटिकल पोर्शन शुरू करा यस सर चलो लिख लियो ते वधिया रहोगे ठीक है जी नेक्स्ट मैथमेटिकल का पोर्शन कुछ थ्योरी नहीं लिखाऊंगा पर मैथमेटिकल पार्ट जरूर लिखो लिखो जी एक्सप्रेशन फॉर फ्रीक्वेंसी ऑफ एलसी ऑसिलेशन एक्सप्रेशन फॉर फ्रीक्वेंसी ऑफ एलसी ऑसिलेशन करना शुरू लिख लिया चलो वी नो दैट अकॉर्डिंग टू किरचॉफ सेकंड लॉ लिखो जी अकॉर्डिंग टू किरचॉफ सेकंड लॉ Vn प्लस Vc इक्वल टू जीरो VL plus BC equal to zero. VL BC define करना कर सकते हो potential difference develop across inductor and capacitor. यदि sum total से लिखने पे zero है, we know that BC equal to Q by C and VL equal to minus L into di by dt. Therefore टर्म आ जाएगी क्यू बाई सी माइनस एल इंटू डी आई बाई डी टी इक्वल टू जीरो वी नो दैट आई इक्वल टू माइनस डी क्यू बाई डी टी जिहड़ा उत्थे इनक्रीज और डिक्रीज का कंसैप्ट लै रहा सी इस माइनस को जस्टिफाई करांगे उहदे नाल आई इक्वल टू माइनस डी क्यू बाई डी टी इहनू पुट कर दिओ इक्वेशन 1 दे अंदर इक्वेशन आ जाएगी Q by C minus L into D by DT of
माइनस है डी क्यू बाय डी टी इक्वल टू जीरो, माइनस माइनस प्लस हो जाएगा तो डी क्यू की डबल डिफरेंशिएशन जी उन टर्म लिख दियो क्यू बाय सी प्लस एल इंटू डी टू क्यू ओवर डी टी स्क्वायर इक्वल टू जीरो। Therefore, Q by LC, L नूं इधर लेके डिवाइड भी नाल ही कर लो, Q by LC प्लस D2Q by DT square equal to zero, और पाके यही इक्वेशन दोबारा लिख रहे हैं, D2Q by DT square प्लस Q by LC equal to zero, हो गया? हो गया जी ना? Yes sir. Yes sir. चल next line चले को. This equation is similar to that of. This equation is similar to that of. This equation is similar to that of second order differential equation. Second order differential equation of a harmonic oscillator. Second order differential equation. Second order differential equation of a harmonic oscillator. Given as d2x by dt square plus omega square x equal to zero. आ कितनों लिखिए नहीं गल करेंगा, दो मिनट बाद एक और कंप्लीट कर लियो। लिखिए जी next, on comparing equation 2 and 3, on comparing equation 2 and 3, we find on comparing the equation 2 and 3, we find omega square equal to 1 by LC, which implies omega equal to 1 by root LC. Therefore, omega is equal to 2 by nu. 2 by nu equal to 1 by root LC, which implies nu equal to 1 by 2 pi into root of LC. पढ़े हैं formula पर कितने? Yes sir. Yes sir. कितने आया सी? Resonance दे अंदर. Resonance दे विच ऐसी की दशा ऐसी कि किसे device दे अंदर जब तो oscillation generate होती हैं वो किसे natural frequency ना match कर दी. हम गल समझो तो याना लिखना चाहती हूँ. ਅਸੀਂ ਇਹਦੇ ਅੰਦਰ ਕੀ ਦੱਸਣ ਲੱਗੇ ਬੇਟਾ, ਆਪਾਂ ਸ਼ੁਰੂ ਇਹ ਕੀਤਾ ਸੀਗਾ ਕਿ ਐਲਸੀ ਜਿਹੜਾ ਸਰਕਟ ਬਣਾਉਣੇ ਪਏ ਇਹ ਇੱਕ ਓਸੀਲੇਟਰ, ਓਸੀਲੇਟਰ ਬਾਰ ਬਾਰ ਕਹਿ ਰਿਹਾ ਕਿਹਨੂੰ ਕਹਿੰਦੇ, ਜਿਹੜੇ ਡਿਵਾਈਸ ਨਾਲ ਤੁਸੀਂ ਡਿਫਰੈਂਟ ਫ੍ਰੀਕੁਐਂਸੀ ਦੀਆਂ ਵੇਵਸ ਯਾਨੀ ਓਸੀਲੇਸ਼ਨ ਪ੍ਰੋਡਿਊਸ ਕਰ ਰਹੇ। ਇਹਦਾ ਮਤਲਬ ਹੈ ਕਿ ਇਸ ਡਿਵਾਈਸ ਵਾਸਤੇ ਜੇ ਆਹ ਫਾਰਮੂਲਾ ਬਣਦਾ ਤੇ ਇਹ ਇੰਨੀ ਫ੍ਰੀਕੁਐਂਸੀ ਦੀਆਂ ਵੇਵ ਜਨਰੇਟ ਕਰੂਗਾ। ਆ ਗੱਲ ਸਮਝ ਲੱਗਦੀ ਜੋ ਬੋਲ ਰਿਹਾ ਮੈਂ? ਕੋਈ ਬੱਚੇ ਫਿਰ ਇਸ ਲਾਈਨ ਨੂੰ ਰਿਪੀਟ ਕਰ ਰਿਹਾ ਮੈਂ, ਇਹ ਕਿਹਾ ਪੁੱਤ ਆਹ ਜਿਹੜਾ ਫ੍ਰੀਕੁਐਂਸੀ ਦਾ ਫਾਰਮੂਲਾ ਆਇਆ ਇਹ ਫ੍ਰੀਕੁਐਂਸੀ ਆਫ ਓਸੀਲੇਸ਼ਨ ਆ, ਇਹ ਮਤਲਬ ਜਿਹੜੀਆਂ ਕੋਈ ਓਸੀਲੇਸ਼ਨ ਪ੍ਰੋਡਿਊਸ ਹੋਣਗੀਆਂ ਕਿਤੇ ਵੀ ਹਨਾ ਉਹਦੀ ਫ੍ਰੀਕੁਐਂਸੀ ਦਾ ਫਾਰਮੂਲਾ ਵਾ, ਤੇ ਇਹ ਇੰਨੀ ਫ੍ਰੀਕੁਐਂਸੀ ਦੀਆਂ ਓਸੀਲੇਸ਼ਨ ਦਾ ਡਿਵਾਈਸ ਬਣਾਉਂਦਾ ਪਿਆ ਤੇ ਇਹਦਾ ਮਤਲਬ ਇਹ ਡਿਵਾਈਸ ਆਪਣੇ ਆਪ 'ਚ ਇੱਕ ਓਸੀਲੇਟਰ ਹੋਏਗਾ। ਕਲੀਅਰ ਹੈ ਨਾ? Yes sir. ਚਲੋ ਹੁਣ ਇਹਦੇ ਅੰਦਰ ਮੇਨ ਸਮਝਣ ਵਾਲੀ ਇੱਕ ਚੀਜ਼ ਆ ਨਹੀਂ, ਸਭ ਤੋਂ ਪਹਿਲਾਂ ਇਹਦੀ ਗੱਲ ਕਰਦੇ ਫਿਰ ਆਪਾਂ ਪੂਰੇ ਮੈਥਮੈਟੀਕਲ ਦੀ ਗੱਲ ਕਰਦੇ ਬੇਟਾ। ਪਲੱਸ 1 ਚ ਅਸੀਂ ਇੱਕ ਟੌਪਿਕ ਪੜਿਆ ਸੀ SHM, ਸਿੰਪਲ ਹਾਰਮੋਨਿਕ ਮੋਸ਼ਨ, ਠੀਕ ਆ। ਜੇ ਮੈਂ ਸਿੰਪਲ ਹਾਰਮੋਨਿਕ ਮੋਸ਼ਨ ਦੀ ਗੱਲ ਕਰਾਂ ਉਹ ਤੁਸੀਂ ਇਹ ਦੱਸਦੇ ਸੀਗੇ ਕਿ ਜਦੋਂ ਇੱਕ ਪੈਂਡੂਲਮ ਓਸੀਲੇਟ ਕਰਦਾ
जो एक स्प्रिंग वाइब्रेट करता या होर इदा दी जिन्नियां भी एग्जांपल आ जे ए एस एच एम नेचर दियां वा जे ए सिंपल हारमोनिक मोशन नेचर दियां ते इन्हां सारियां दे अंदर एक कंडीशन लगदी रीस्टोरिंग फोर्स इज ऑलवेज डायरेक्टली प्रोपोर्शनल टू डिस्प्लेसमेंट पता जो बोलदा पिया जेड़ी भी मोशन एस एच एम नेचर च होएगी गल फिर रिपीट कर रहा जेड़ी भी मोशन एस एच एम नेचर च होएगी ना ओदी आ प्रॉपर्टी होएगी कि ओदी रीस्टोरिंग फोर्स जेड़ी आ वो डायरेक्टली प्रोपोर्शनल टू डिस्प्लेसमेंट आंदी है क्लियर है नी गल ओ गूंगियो यस सर तुसी बोलदे नहीं तो मैनूं रुकना पै जांदा ਹੁਣ ਇੱਥੇ ਜੇ ਮੈਂ ਫੋਰਸ ਦੀ ਥਾਂ ਤੇ ਮਾਸ ਇਨਟੂ ਐਕਸਲਰੇਸ਼ਨ ਕਰਾਂ ਡਾਇਰੈਕਟਲੀ ਟੂ ਐਕਸ ਤੇ ਮਾਸ ਤਾਂ ਕਿਸੇ ਬਾਡੀ ਦਾ ਕਾਂਸਟੈਂਟ ਆ ਬੇਟਾ ਤੇ ਜੇ ਮਾਸ ਕਾਂਸਟੈਂਟ ਆ ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਐਕਸਲਰੇਸ਼ਨ ਆ ਉਹ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੋ ਗਈ ਯੈਸ ਸਰ ਹੁਣ ਜੇ ਮੈਂ ਇਹ ਤੋਂ ਕੰਟੀਨਿਊ ਕਰਾਂ ਇਹਨੂੰ ਜਦੋਂ ਕੰਪਲੀਟ ਕਰਦੇ ਸੀ ਨਾ ਜਿਹੜੀ ਐਸ ਐਚ ਮੋਸ਼ਨ ਆਉਂਦੀ ਸੀ ਉਹਦੀ ਪੁੱਤ ਇਕੁਏਸ਼ਨ ਆ ਆਉਂਦੀ ਹੁੰਦੀ ਸੀਗੀ ਕਿ ਐਕਸਲਰੇਸ਼ਨ ਇਕੁਅਲ ਟੂ ਮਾਈਨਸ ਓਮੇਗਾ ਸਕੁਅਰ ਐਕਸ ਆ ਇਕੁਏਸ਼ਨ ਅਸੀਂ ਡਰਾਈਵ ਕਰਦੇ ਸੀ ਉਹਦੇ ਟੌਪਿਕ ਦੇ ਅੰਦਰ ਚੱਲ ਕੇ ਕਿ ਵੀ ਜਿਹੜੀ ਐਸ ਐਚ ਐਕਸਲਰੇਸ਼ਨ ਡਿਸਪਲੇਸਮੈਂਟ ਦੇ ਡਾਇਰੈਕਟ ਪ੍ਰੋਪੋਰਸ਼ਨਲ ਹੋਏਗੀ ਪਰ ਡਾਇਰੈਕਸ਼ਨ ਵਾਈਜ਼ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਤੋਂ ਓਪੋਜ਼ਿਟ ਹੋਣਗੀਆਂ ਉਸ ਮੋਸ਼ਨ ਨੂੰ ਅਸੀਂ ਕਹਿੰਦੇ ਸੀ ਉਹ ਐਸ ਐਚ ਨੇਚਰ ਦੀ ਹੈ ਇਹਨੀ ਗੱਲ ਸਮਝ ਲੱਗਦੀ ਵੀ ਯੈਸ ਸਰ ਹੁਣ ਇੱਥੇ ਐਕਸਲਰੇਸ਼ਨ ਨੂੰ ਜੇ ਮੈਂ ਲਿਖਣਾ ਹੋਵੇ ਤੇ ਐਕਸਲਰੇਸ਼ਨ ਨੂੰ ਅਸੀਂ ਲਿਖਦੇ ਨੇ ਡੀ ਵੀ ਬਾਈ ਡੀ ਟੀ ਠੀਕ ਹੈ ਜੀ ਤੇ ਅੱਗੇ ਮੈਂ ਵੈਲੋਸਿਟੀ ਨੂੰ ਲਿਖਣਾ ਹੋਵੇ ਤੇ ਵੈਲੋਸਿਟੀ ਨੂੰ ਅਸੀਂ ਲਿਖਦੇ ਨੇ dx / dt ਇਕੁਅਲ ਟੂ ਮਾਈਨਸ ਓਮੇਗਾ ਸਕੁਅਰ x ਤੇ ਜੇ ਇਹਨੂੰ ਐਸ ਐਚ ਕੰਬਾਈਨ ਕਰਾਂ ਤੇ ਮੇਰੇ ਕੋਲ ਟਰਮ ਬਣ ਗਈ d2x / dt ਸਕੁਅਰ ਇਕੁਅਲ ਟੂ ਮਾਈਨਸ ਓਮੇਗਾ ਸਕੁਅਰ x ਕਲੀਅਰ ਆ ਕੋਈ ਕਲੀਅਰ ਯੈਸ ਸਰ ਯੈਸ ਸਰ ਹੁਣ ਇੱਥੇ ਆ ਜਾਓ ਆ ਜਿਹੜੀ ਇਕੁਏਸ਼ਨ ਲਿਖੀ ਤੇ ਆ ਜਿਹੜੀ ਲਿਖੀ ਇਹ ਦੋਨੋਂ ਸੇਮ ਹੀ ਆ ਸਿਰਫ ਫਰਕ ਇਹਨਾਂ ਪਾਇਆ ਕਿ ਐਕਸਲਰੇਸ਼ਨ ਨੂੰ ਆਪਾਂ ਐਸ ਐਚ ਡਿਸਪਲੇਸਮੈਂਟ ਦੀ ਫਾਰਮ ਚ ਲੈ ਗਿਆ ਸਮਝ ਲੱਗਦੀ ਪਈ ਨਹੀਂ ਗੱਲ ਯੈਸ ਸਰ ਤੇ ਜਿਵੇਂ ਆ ਇਕੁਐਲਿਟੀ ਚੁੱਕ ਕੇ ਮਾਈਨਸ ਵਾਲੀ ਟਰਮ ਇੱਧਰ ਲੈ ਆਵਾਂ ਤੇ ਆ ਸਾਰੇ ਦੀ ਸਾਰੀ ਟਰਮ ਇਕੁਅਲ ਜਿਹੜੀ ਇਕੁਅਲ ਟੂ 0 ਆ ਜਾਊ ਯੈਸ ਸਰ अपनी जी इक्वेशन बनी है दोनों कंपेयर करो थले इक्वेशन लिखी हुई हारमोनिक ऑसिलेटर वास्ते उपर अपनी आ इक्वेशन बनी है ਜੇ ਪੁੱਤ ਦੋਨਾਂ ਨੂੰ ਕੰਪੇਅਰ ਕਰੋ ਤੇ d2/dt² ਇੱਥੇ ਜਿਹੜੀ ਮੇਰੇ ਕੋਲ ਟਰਮ ਵੇਰੀਏਬਲ ਆ ਉਹ ਡਿਸਟੈਂਸ ਆ ਕਿ ਬਾਡੀ ਨੂੰ ਮੀਨ ਤੋਂ ਅਸੀਂ ਕਿੰਨਾ ਕੁ ਡਿਸਪਲੇਸ ਕੀਤਾ ਹਨਾ ਇੱਥੇ ਵੇਰੀਏਬਲ ਡਿਸਪਲੇਸਮੈਂਟ ਆ ਯਾਨੀ x ਵਾ ਤੇ ਇੱਥੇ ਸਰਕਟ ਦੇ ਅੰਦਰ ਚਾਰਜ ਦਾ ਫਲੋ ਚੇਂਜ ਹੁੰਦਾ ਚਾਰਜ ਦੀ ਵੈਲਿਊ ਕਿਸੇ ਮੂਮੈਂਟ ਤੇ ਕੈਪੈਸਿਟਰ ਚ ਮੈਕਸਿਮਮ ਸੀ ਚਾਰਜ ਦੀ ਵੈਲਿਊ ਕਿਸੇ ਮੂਮੈਂਟ ਤੇ ਕੈਪੈਸਿਟਰ ਚ ਮਿਨੀਮਮ ਹੋਈ ਯਾਨੀ ਕੰਟੀਨਿਊਸਲੀ ਸਰਕਟ ਦੇ ਅੰਦਰ ਚਾਰਜ ਜਿਹੜਾ ਵਾ ਉਹਦੀ ਅਮਾਉਂਟ ਚੇਂਜ ਹੁੰਦੀ ਅਗਰ ਸਮਝ ਲਈ ਇਨਾ ਕਲੀਅਰ ਹੋ ਰਿਹਾ ਬੇਟਾ ਯੈਸ ਸਰ ਯੈਸ ਸਰ ਮਤਲਬ ਕਿ ਮੇਰੇ ਕੋਲ ਐਸ ਐਕਸ ਦੇ ਕੋਰਸਪੋਂਡਿੰਗ ਐਕਸ ਦੇ ਕੋਰਸਪੋਂਡਿੰਗ ਇੱਥੇ ਕਿਉਂ ਚੱਲਦਾ ਪਿਆ ਯਾਨੀ ਆ ਟਰਮ ਤੇ ਆ ਟਰਮ ਇੱਕ ਤਰ੍ਹਾਂ ਆਇਡੈਂਟੀਕਲ ਹੋ ਗਈਆਂ ਹਨਾ ਇੱਥੇ ਮੇਰੇ ਕੋਲ ਆਇਆ ਐਕਸ ਠੀਕ ਹੈ ਜੀ ਇੱਥੇ ਐਕਸ ਦੇ ਕੋਰਸਪੋਂਡਿੰਗ ਕਿਊ ਆ ਉਹ ਕਹਿੰਦਾ ਇਹਦਾ ਮਤਲਬ ਬਾਕੀ ਆ ਜਿੰਨੀ ਵੀ ਟਰਮ ਆ 1 * ਕਿਊ ਪੜ ਲੈਣਾ ਤੇ ਮਨ ਆ ਕਿਊ ਦੇ ਕੋਰਸਪੋਂਡਿੰਗ ਐਕਸ ਆ ਗਿਆ ਇੱਥੇ ਵੀ ਕਿਊ ਦੇ ਕੋਰਸਪੋਂਡਿੰਗ ਐਕਸ ਆ ਗਿਆ ਤੇ ਫਿਰ ਆ ਜਿੰਨੀ ਵੀ ਟਰਮ ਆ 1/LC ਇਹ ਕਿਹਦੀ ਜਗ੍ਹਾ ਤੇ ਆਈ ਆ ਓਮੇਗਾ ਸਕੁਅਰ ਯਾਨੀ ਆ ਮੇਰੇ ਕੋਲ ਐਸ ਚ ਇਧਰੋਂ ਜਿਹੜਾ 1/LC ਆ ਉਹ ਓਮੇਗਾ ਸਕੁਅਰ ਦੇ ਇਕੁਅਲ ਆ ਜੂ ਇਸ ਹਨਾ ਇਸ ਲਈ ਆਪਾਂ ਡਿਫਾਈਨ ਕਰ ਲਿਆ ਕਿ ਵੀ ਓਮੇਗਾ ਸਕੁਅਰ ਜਿਹੜਾ ਮੇਰੇ ਕੋਲ 1/LC ਦੇ ਇਕੁਅਲ ਆ ਇਹਦਾ ਮਤਲਬ ਜਿਹੜਾ ਵੀ ਕੋਈ ਓਸੀਲੇਟਰ ਹੋਏਗਾ ਉਹ ਭਾਵੇਂ ਉਧਰਲੇ ਕੇਸ ਚ ਆਪਾਂ ਕਹਿੰਦੇ ਆ ਮਕੈਨੀਕਲ ਓਸੀਲੇਟਰ ਇੱਥੇ ਕਹਿੰਦੇ ਆ ਇਲੈਕਟ੍ਰਿਕ ਓਸੀਲੇਟਰ ਉਹ ਕਹਿੰਦਾ ਦੋਨੇ ਹੀ ਡਿਵਾਈਸਿਸ ਜਦੋਂ ਓਸੀਲੇਸ਼ਨ ਪ੍ਰੋਡਿਊਸ ਕਰਦੇ ਆ ਉਹਦੀ ਓਸੀਲੇਟ ਕਰਨ ਦੀ ਫ੍ਰੀਕੁਐਂਸੀ ਆਪਾਂ ਇਸ ਰਿਲੇਸ਼ਨ ਨਾਲ ਕਰ ਸਕਦੇ ਹਾਂ
आ गल समझ लगती भी लास्ट वाली yes, sir. So, इनू कुछ सॉल्व कर दे चलो अल्टीमेट जेडी इस रिलेशन तो फ्रीक्वेंसी निकली आ ये अपने को ऐसे जो ऑसिलेशन की फ्रीक्वेंसी आएगी एलसी ऑसिलेटर यानी एलसी ऑसिलेटर जेड़ा हैगा तुहाडे कोल जिच एल वैल्यू ओदी इंडक्टेंस दी ते सी ओदी कैपेसिटेंस आ इना दोनों दी वैल्यू किन्नी किन्नी होएगी सर्किट हना ओदे अकॉर्डिंगली तुहाडा डिवाइस जेड़ा वो इस फ्रीक्वेंसी दीआं ऑसिलेशन जनरेट करू मैं एग्जाम्पल दिती सी कि अपने जेड़े रेडियो रिसीवर ने या जेड़े ट्रांसमीटर ने उच वेरिएबल कैपेसिटर लग्या हुंदा एल दी एक वैल्यू फिक्स होगी मतलब तुहाडे सर्किट च इंडक्टर जेड़ा ओ 10 हेनरी दा लग्या ए 10 दा ही रहना पर कैपेसिटर इत्थे वेरिएबल ठीक है जी ओदी कैपेसिटेंस 2 माइक्रोफैरड आ या 10 माइक्रोफैरड या 20 माइक्रोफैरड ओ जिन्ना जिन्ना चेंज हुंदी जाएगी ते इस थां दे उत्ते मेरे कोल इस डिवाइस दे अक्रॉस डिफरेंट डिफरेंट फ्रीक्वेंसी दीआं ऑसिलेशन जनरेट हुंदीआं जाऊंगीआं आ गल समझ लग रही आप भी बाहर हूं एक घटिया मनन Yes, sir. एक बार अटेंडेंस लई तो देखिए एब्सेंट केड़े केड़े सीगे ओके मैं जरूर दस दी आज हां जी आ क्लियर है टॉपिक हो जो यस सर चलो ये थोड़ा मेन टॉपिक एक सेगा थोड़े को एलसी ऑसिलेटर ठीक है जी लास्ट कुछ चीज रह गई है अंदर वो समझ लो उसे कंप्लीट करें जेड़ा मैथमेटिकल लिखे ना दी फोटो खींच के इतने ग्रुप च पा दो डेरिवेशन नहीं आनी पर अज करान लग्या ये बोर्ड च डेरिवेशन आई सी इसे टॉपिक ना टॉपिक उन्हें यह किया फिर अपने कोल कंटिन्यूटी च कि जेड़ी एनर्जी इंडक्टर ते कैपेसिटर च अपने कोल बनदी पई ठीक है जे असीं डिवाइस नूं आइडियल मान के चलदे आ जो सारी एनर्जी एक इंस्टेंट ते इलेक्ट्रिकल आ ते दूजे इंस्टेंट ते सारी मैग्नेटिक आ पर जो किसे एक इंस्टेंट ते पार्शियल इलेक्ट्रिक ते पार्शियल मैग्नेटिक आ तुसी मान के चलदे कि इहदी सम टोटल जिहड़ी होएगी वो हर मूवमेंट ते कांस्टेंट हो यानी जे इत्थे 4 जाउल मेरी इलेक्ट्रिकल रहेगी तां कहिंदे 6 जाउल मेरी मैग्नेटिक आ क्योंकि वायर च असीं बार-बार लै रहे कनेक्टिंग वायर च कोई एनर्जी दा लॉस नहीं हैगा ਤੇ ਜਦੋਂ ਕਨੈਕਟਿੰਗ ਵਾਇਰ 'ਚ ਕੋਈ ਐਨਰਜੀ ਲਾਸ ਨਹੀਂ ਹੋ ਰਹੀ ਤੇ ਫਿਰ ਉਹ ਕਹਿੰਦਾ ਜੀ ਇਹਨਾਂ ਦੋਨਾਂ ਕੰਪੋਨੈਂਟ ਦੀ ਮਿਲਾ ਕੇ ਜਿਹੜੀ ਟੋਟਲ ਐਨਰਜੀ ਆ ਦੈਟ ਆਲਵੇਜ਼ ਰਿਮੇਨ ਕਨਜ਼ਰਵ ਇਹਨੀ ਗੱਲ ਕਲੀਅਰ ਆ ਕੋਈ ਇਹਨਾਂ ਕਲੀਅਰ ਆ ਯੈਸ ਸਰ ਚਲੋ ਹੁਣ ਇਹਦੇ ਵਿੱਚ ਇੱਕ ਚੀਜ਼ ਜੋ ਆਪਾਂ ਨੂੰ ਲੋਡ ਪੈਗੀ ਪਹਿਲਾਂ ਦੱਸਣ ਲੱਗਿਆ ਉਹਨੂੰ ਸਮਝਿਓ ਪਲੱਸ 1 ਤੋਂ ਦੋ ਇਕੁਏਸ਼ਨਾਂ ਪੜ੍ਹਦੇ ਸੀ y equal to a sin omega t एक लिखते सी x equal to a cos omega t पता जेड़ियां दो इक्वेशन लिख रहे हैं हुण इत्थे एक चीज समझा लग्या उहनूं दिमाग च रखियो अपने टॉपिक च आपां नूं लोड पैणी असीं कहिंदे सी जदों कोई एस सच मेरे कोल बॉडी वाइब्रेट करदी अपनी मेन पोजीशन दे अबाउट ठीक है जदों भी किसी बॉडी दी तुसीं डिस्प्लेसमेंट जिहड़ी आ उह इहदी मेन पोजीशन तों काउंट करनी आ मतलब बॉडी दी मोशन जिहड़ी आ उह तुसीं मेन पोजीशन तों काउंट करनी आ ते हमेशा इक्वेशन ए साइन ओमेगा टी वाली पर जदों किसी बॉडी दी मोशन असीं एक्सट्रीम पोजीशन तों काउंट करनी आ ते हमेशा उदों इक्वेशन कॉस ओमेगा टी वाली इह गल उत्थे समझियो ध्यान नाल ਜਦੋਂ ਤੁਹਾਡੀ ਡਿਸਪਲੇਸਮੈਂਟ ਜ਼ੀਰੋ ਆ ਠੀਕ ਹੈ ਜੀ ਜਦੋਂ ਸਟਾਰਟਿੰਗ ਦੇ ਅੰਦਰ ਜਦੋਂ ਟਾਈਮ ਦੀ ਵੈਲਿਊ ਜ਼ੀਰੋ ਆ ਜਦੋਂ ਟਾਈਮ ਨੂੰ ਜ਼ੀਰੋ ਰੱਖੋਗੇ ਜੇ ਟਾਈਮ ਜ਼ੀਰੋ ਤੇ ਡਿਸਪਲੇਸਮੈਂਟ ਜ਼ੀਰੋ ਆ ਤੇ ਇਕੁਏਸ਼ਨ ਸਾਈਨ ਵਾਲੀ ਯੂਜ਼ ਹੁੰਦੀ ਹੈ ਜਦੋਂ ਟਾਈਮ ਜ਼ੀਰੋ ਤੇ ਡਿਸਪਲੇਸਮੈਂਟ ਮੈਕਸਿਮਮ ਆ ਤੇ ਇਕੁਏਸ਼ਨ ਕੋਸ ਵਾਲੀ ਯੂਜ਼ ਹੁੰਦੀ ਹੈ ਇਹਤੋਂ ਬਣਾ ਕੇ ਦੇਖਦੇ ਜਦੋਂ ਟੀ ਜ਼ੀਰੋ ਇੱਥੇ ਭਰਿਆ ਤੇ ਸਾਈਨ ਜ਼ੀਰੋ ਜ਼ੀਰੋ ਹੋ ਗਿਆ ਤੇ ਇਹਦਾ ਮਤਲਬ y ਦੀ ਵੈਲਿਊ ਜ਼ੀਰੋ ਆ ਜਦੋਂ t ਇੱਥੇ 0 ਭਰਿਆ ਤੇ cos 0 1 ਹੋ ਗਿਆ ਤੇ ਡਿਸਪਲੇਸਮੈਂਟ ਦੀ ਵੈਲਿਊ ਮੈਕਸਿਮਮ ਆ ਗਈ ਆ ਗੱਲ ਸਮਝ ਲੱਗਦੀ ਵੀ
यस सर। चलो हुण समझियो आपां नूं इस वर्ड दी कितने लोड़ आ। ਉੱਥੇ ਆਪਾਂ ਜਿੱਦਾਂ ਇੱਥੇ ਚੱਲੀਏ ਤੇ ਆਪਣੇ ਕੋਲ ਇੱਥੇ ਚਾਰਜ ਜਿਹੜਾ ਵਾ ਉਹ ਕੰਟੀਨਿਊਸਲੀ ਕਪੈਸਿਟਰ ਦੀ ਪਲੇਟ ਤੇ ਅਸੀਂ ਵਰਡ ਯੂਜ਼ ਕਰਨ ਲੱਗੇ ਸੁਣੋ ਧਿਆਨ ਨਾਲ ਜਿਹੜਾ ਕਪੈਸਿਟਰ ਦੀ ਪਲੇਟ ਤੇ ਚਾਰਜ ਆ ਇਹ ਕੰਟੀਨਿਊਸਲੀ ਓਸੀਲੇਟ ਕਰਦਾ ਓਸੀਲੇਟ ਦਾ ਕੀ ਮਤਲਬ ਆ ਇੱਕ ਇੰਸਟੈਂਟ ਤੇ ਇਹਦੀ ਆ ਲੈਫਟ ਪਲੇਟ ਪੋਜ਼ਿਟਿਵ ਚਾਰਜ ਸੀ ਤੇ ਰਾਈਟ ਪਲੇਟ ਨੈਗੇਟਿਵ ਸੀ ਮੁੜ ਕੇ ਜਾ ਕੇ ਕੀ ਹੋਇਆ ਕਪੈਸਿਟਰ ਡਿਸਚਾਰਜ ਹੋ ਗਿਆ ਇਹਦੀ ਦੋਨਾਂ ਪਲੇਟਾਂ ਤੇ ਚਾਰਜ ਜ਼ੀਰੋ ਹੋ ਗਿਆ ਅਗਲੀ ਵਾਰੀ ਜਦੋਂ ਚਾਰਜ ਹੋਇਆ ਤੇ ਇਹਦੀ ਲੈਫਟ ਪਲੇਟ ਨੈਗੇਟਿਵ ਚਾਰਜ ਹੋਈ ਤੇ ਰਾਈਟ ਪਲੇਟ ਪੋਜ਼ਿਟਿਵ ਚਾਰਜ ਹੋਈ ਮੁੜ ਕੇ ਫੇਰ ਡਿਸਚਾਰਜ ਹੋਇਆ ਅਗਲੀ ਵਾਰੀ ਜਦੋਂ ਫੇਰ ਰੀਚਾਰਜ ਹੋਏਗਾ ਫੇਰ ਲੈਫਟ ਪਲੇਟ ਪੋਜ਼ਿਟਿਵ ਹੋ ਜੂ ਰਾਈਟ ਨੈਗੇਟਿਵ ਯਾਨੀ ਕਪੈਸਿਟਰ ਦੀ ਪਲੇਟ ਤੇ ਜਿਹੜਾ ਚਾਰਜ ਹੈਗਾ ਕਪੈਸਿਟਰ ਦੀ ਪਲੇਟ ਤੇ ਜਿਹੜਾ ਚਾਰਜ ਹੈਗਾ ਇਹ ਜੇ ਇੱਕ ਇਨਸਟੈਂਟ ਤੇ ਆ ਬੰਦਾ ਅਗਲੇ ਇਨਸਟੈਂਟ ਤੇ ਆ ਪਲੇਟ ਨੈਗੇਟਿਵ ਤੇ ਦੂਜੀ ਪਲੇਟ ਯਾਨੀ ਕੰਟੀਨਿਊਸਲੀ ਕਪੈਸਿਟਰ ਦੀ ਪਲੇਟ ਤੇ ਚਾਰਜ ਅਸੀਂ ਕਿੰਨੇ ਓਸੀਲੇਟ ਕਰਦਾ ਇਹਨਾਂ ਵਰਡ ਕਲੀਅਰ ਹੈ ਮੈਨੂੰ ਆ ਗੱਲ ਸਮਝ ਲੱਗੀ ਯੈਸ ਸਰ ਦੂਜਾ ਵਰਡ ਹੁਣ ਜਦੋਂ ਤੁਸੀਂ ਉੱਥੇ ਐਸ ਐਚ ਐਸ ਡਿਵਾਈਸ ਨੂੰ ਅਸੀਂ ਕਿਹਾ ਜੀ ਔਨ ਕੀਤਾ ਐਸ ਐਚ ਐਸ ਕਪੈਸਿਟਰ ਮੇਰਾ ਕੰਪਲੀਟ ਚਾਰਜ ਹੋਇਆ ਪਿਆ ਆ ਗੱਲ ਸਮਝ ਲਈ ਧਿਆਨ ਨਾਲ ਕਿ ਆਪਾਂ ਇੱਕ ਇਕੁਏਸ਼ਨ ਯੂਜ਼ ਕਰਨੀ ਆ ਹੁਣ ਠੀਕ ਹੈ ਜੋ ਕਿਹੜੀ ਇੱਥੇ ਜੇ ਮੈਂ ਇਹੀ ਇਕੁਏਸ਼ਨਸ ਜਿਹੜੀਆਂ ਨੇ ਇਹਨੂੰ ਮੈਂ ਚਾਰਜ ਵਾਸਤੇ ਲਿਖਣਾ ਹੋਵੇ ਅਸੀਂ ਇਹਨੂੰ ਇਦਾਂ ਲਿਖ ਦਿੰਦੇ ਹਾਂ ਕਿਊ ਇਕੁਅਲ ਟੂ ਕਿਊ ਨਾਟ ਸਾਈਨ ਓਮੇਗਾ ਟੀ ਕਿਊ ਇਕੁਅਲ ਟੂ ਕਿਊ ਨਾਟ ਕੋਸ ਓਮੇਗਾ ਟੀ ਕਹਿੰਦਾ ਮੈਂ ਕਦੋਂ ਕਿਹੜੀ ਇਕੁਏਸ਼ਨ ਯੂਜ਼ ਕਰ ਸਕਦਾ ਤੇ ਉਹ ਆ ਚੀਜ਼ ਦੱਸੇਗੀ ਕਿ ਟੀ 0 ਤੇ ਤੁਹਾਡੇ ਕਪੈਸਿਟਰ 'ਚ ਚਾਰਜ 0 ਆ ਕਿ ਮੈਕਸਿਮਮ ਅਸੀਂ ਜਦੋਂ ਇੱਕ ਵਾਰੀ ਕਪੈਸਿਟਰ ਬੈਟਰੀ ਨਾਲ ਚਾਰਜ ਕਰ ਚੁੱਕੇ ਹੁਣ ਜਦੋਂ ਮੈਂ ਇਹਨੂੰ ਆ ਕੀ ਨੂੰ ਪ੍ਰੈਸ ਕਰਨ ਲੱਗਿਆ ਯਾਨੀ ਇਸ ਐਲਸੀ ਸਰਕਟ 'ਚ ਚਾਰਜ ਫਲੋ ਕਰਾਉਣ ਲੱਗਿਆ ਤੇ ਉਸ ਵੇਲੇ ਕਪੈਸਿਟਰ 'ਚ ਚਾਰਜ ਮੇਰਾ ਕੀ ਆ ਮੈਕਸਿਮਮ ਔਰ 0 ਆ ਜਦੋਂ ਸਰਕਟ ਇਸ ਵੇਲੇ ਇਸ ਸਟੇਟ 'ਚ ਹੋਏਗਾ ਕਪੈਸਿਟਰ ਚਾਰਜ ਕੀ ਹੈ ਸਰ ਮੈਕਸਿਮਮ ਹਨਾ ਕਪੈਸਿਟਰ ਤੁਹਾਡਾ ਕੰਪਲੀਟ ਚਾਰਜ ਹੋਇਆ ਪਿਆ ਇਹਨੀ ਗੱਲ ਸਮਝ ਲੱਗਦੀ ਵੀ ਯੈਸ ਸਰ ਯੈਸ ਸਰ ਤੇ ਜਦੋਂ ਉਹਦੇ ਕਪੈਸਿਟਰ ਮੇਰਾ ਕੰਪਲੀਟ ਚਾਰਜ ਆ ਤੇ ਇਹਨਾਂ ਦੋਨਾਂ ਵਿੱਚੋਂ ਟਾਈਮ 0 ਦੇ ਉੱਤੇ ਜਦੋਂ ਕੰਪਲੀਟ ਚਾਰਜ ਹੈਗਾ ਚਾਰਜ ਮੈਕਸਿਮਮ ਹੈਗਾ ਕਿਹੜੀ ਚਾਰਜ ਦੀ ਇਕੁਏਸ਼ਨ ਲੈ ਲਾਂਗਾ ਕੋਸ ਵਾਲੀ ਆ ਕਲੀਅਰ ਹੈ ਕਿਉਂ ਲੈ ਰਹੇ ਕੋਸ ਵਾਲੀ ਇਕੁਏਸ਼ਨ ਯੈਸ ਸਰ ਚਲੋ ਹੁਣ ਟੌਪਿਕ ਸ਼ੁਰੂ ਕਰ ਰਿਹਾ ਹੈਡਿੰਗ ਦੇ ਦਿਓ ਟਾਈਮ ਇੰਡੀਪੈਂਡੈਂਸ ਆਫ ਟਾਈਮ ਇੰਡੀਪੈਂਡੈਂਸ ਆਫ ਸਿਰਫ 5 ਮਿੰਟ ਦਾ ਟੌਪਿਕ ਜਲਦੀ ਜਲਦੀ ਕਰ ਲਉਂਗੇ ਟਾਈਮ ਇੰਡੀਪੈਂਡੈਂਸ ਆਫ ਟੋਟਲ ਐਨਰਜੀ ਟਾਈਮ ਇੰਡੀਪੈਂਡੈਂਸ ਆਫ ਟੋਟਲ ਐਨਰਜੀ ਇਨ ਐਲਸੀ ਓਸੀਲੇਸ਼ਨ ਟਾਈਮ ਇੰਡੀਪੈਂਡੈਂਸ ਆਫ ਟੋਟਲ ਐਨਰਜੀ ਇਨ ਐਲਸੀ ਓਸੀਲੇਸ਼ਨ ਲਿਖ ਲਓ ਜੀ ਲਿਖੋ ਜੀ ਵੀ ਨੋ ਦੈਟ ਮੈਗਨੈਟਿਕ ਐਨਰਜੀ ਸਟੋਰਡ ਇਨ ਇੰਡਕਟਰ ਵੀ ਨੋ ਦੈਟ ਮੈਗਨੈਟਿਕ ਐਨਰਜੀ ਸਟੋਰਡ ਇਨ ਇੰਡਕਟਰ ਮੈਗਨੈਟਿਕ ਐਨਰਜੀ ਸਟੋਰਡ ਇਨ ਇੰਡਕਟਰ ਇਜ਼ ਗਿਵਨ ਬਾਈ ਹਾਫ ਐਲ ਆਈ ਸਕਿਅਰ UV equal to half L I square. We know that I equal to dQ by dt. Yani d by dt of aa sirf Q di equation kehdi ede vaste sara pichla dassya va tonu Q di thaan te apne kol aa jayega Q not cos omega t. Kyon aa equation use hoyi clear hai beta? Yes. Hoye na clear aa? ਫਾਰਮੂਲੇ therefore ਆਪਣੇ ਕੋਲ ਮੈਗਨੈਟਿਕ ਐਨਰਜੀ ਦੀ ਵੈਲਿਊ ਆ ਜਾਏਗੀ ਹਾਫ ਐਲ ਇਨਟੂ ਇਹਦਾ ਸਕੁਅਰ ਕਰਾਂਗਾ ਮਾਈਨਸ ਵੀ ਖਤਮ ਹੋ ਜਾਣੀ ਆਪਣੀ ਟਰਮ ਆ ਗਈ ਕਿਊ ਨਾਟ ਸਕੁਅਰ ਓਮੇਗਾ ਸਕੁਅਰ
sin square omega t. ਤੇ ਪੁੱਤ ਇੱਥੇ omega ਦੀ ਵੈਲਿਊ ਜਿਹੜੀ ਉਹਨੇ ਪਿੱਛੇ ਬਣਾਈ ਸੀ ਉਹ ਪੁੱਟ ਕਰ ਦੋ. We know that omega equal to 1 by root lc. ਤੇ ਇੱਥੇ omega square ਹੋਣ ਕਰਕੇ root cancel ਹੋ ਜਾਣਾ ਤੇ ਆਪਣੇ ਕੋਲ ਮੈਗਨੈਟਿਕ ਐਨਰਜੀ ਦੀ ਵੈਲਿਊ ਆ ਗਈ half l into q naught square into 1 by lc into sin square omega t. ਇਹਦੇ ਵਿੱਚੋਂ ਇੱਕ ਐਲ ਵਾਲੀ ਟਰਮ ਕੈਨਸਲ ਕਰ ਲਓ, ਮੈਗਨੈਟਿਕ ਐਨਰਜੀ ਦੀ ਵੈਲਿਊ ਆ ਜਾਏਗੀ q ਨਾਟ ਸਕੁਅਰ ਓਵਰ 2c, q ਨਾਟ ਸਕੁਅਰ ਓਵਰ 2c ਇਨਟੂ ਸਾਈਨ ਸਕੁਅਰ ਓਮੇਗਾ t. ਕਿਆ ਇਹਨੀ ਗੱਲ ਕਲੀਅਰ ਹੈ ਮੈਨੂੰ? ਯੈਸ ਸਰ. ਯੈਸ, ਇਹਨਾਂ ਕੰਪਲੀਟ ਕਰੋ ਫਿਰ ਇਸ ਤੋਂ ਅੱਗੇ ਕੰਟੀਨਿਊ ਕਰ ਰਹੇ ਆਪਾਂ. ਯਾਨੀ ਆਹ ਮੇਰੇ ਕੋਲ ਅਮਾਊਂਟ ਬਣੀ ਆ ਮੈਗਨੈਟਿਕ ਫਾਰਮ ਚ ਐਨਰਜੀ ਦੀ t ਸੈਕਿੰਡ, ਜਦੋਂ ਚਾਰਜ ਨੂੰ ਫਲੋ ਕਰਦੇ ਹੋਗੇ ਸਰਕਲ ਚ ਇੰਨੀ ਮੈਗਨੈਟਿਕ ਐਨਰਜੀ ਉਦੋਂ ਤੱਕ ਬਣੀ ਹੋਈ ਆ. ਹੁਣ ਕਰਾਂਗੇ ਇਸੇ ਟਾਈਮ ਤੇ ਇਲੈਕਟ੍ਰੀਕਲ ਐਨਰਜੀ ਕਿੰਨੀ. ਕਰਾਂ ਕੰਟੀਨਿਊ? ਯੈਸ ਸਰ. ਲਿਖੋ ਜੀ, ਵੀ ਨੋ ਦੈਟ ਇਲੈਕਟ੍ਰੀਕਲ ਐਨਰਜੀ ਸਟੋਰਡ ਇਨ ਕੈਪੈਸੀਟਰ electrical energy stored in capacitor electrical energy stored in capacitor is given by electrical energy stored in capacitor is given by for the simple ue define kar do that is equal to q square by 2c. first chapter je formula padhya hoya apan q di thaan te itthe di value bhar de q naught cos omega t ka whole square over 2c. therefore total energy aa jayegi q naught square cos square omega t over 2c. any energy mere capacitor ch electrical form ch t second te, te any energy mere capacitor ch magnetic form ch t second te. te je partial energy magnetic te partial mere kol electrical aa ਤੇ ਟੋਟਲ એનર્ਜੀ ਇਹਨਾਂ ਦੋਨਾਂ ਦੀ ਸਮ ਟੋਟਲ ਹੋਏਗੀ. ਨੈਕਸਟ ਲਾਈਨ ਚ ਦੇਖ ਲਓ, ਨਾ ਟੋਟਲ એનર્ਜੀ ਅਕ੍ਰੋਸ LC ਓਸਿਲੇਟਰ, ਨਾ ਟੋਟਲ એનર્ਜੀ ਅਕ੍ਰੋਸ LC ਓਸਿਲੇਟਰ ਇਜ਼ ਗਿਵਨ ਬਾਈ U equal to UB plus UE. ਦੋਨੋਂ ਫਾਰਮ ਚ ਜਿਹੜੀ એનર્ਜੀ ਉਹਨੂੰ ਐਡ ਕਰ ਦਿਓ, ਮੈਗਨੈਟਿਕ ਐਨਰਜੀ ਤੇ ਇਲੈਕਟ੍ਰੀਕਲ ਦੋਨਾਂ ਚ ਬੇਟਾ q ਨਾਟ ਸਕੁਅਰ ਬਾਈ 2c ਕਾਮਨ ਆ ਜਾਣਾ. ਇਹਨੇ ਆਪਣੇ ਕੋਲ ਟਰਮ ਆ ਜਾਏਗੀ q ਨਾਟ ਸਕੁਅਰ ਬਾਈ 2c ਔਰ ਬ੍ਰੈਕਟ ਚ ਆ ਜਾਏਗਾ ਮੇਰੇ ਕੋਲ cos ਸਕੁਅਰ omega t plus sin ਸਕੁਅਰ omega t. ਤੇ cos ਸਕੁਅਰ omega t plus sin ਸਕੁਅਰ omega t ਸਮਾਈਲ ਦਿਖ ਰਿਹਾ ਬੇਟਾ? ਯੈਸ ਸਰ. ਚਲੋ cos square plus sin square omega t ਬਣਾ ਜਾਓ ਬੇਟਾ. ਇਹਨਾਂ ਟੋਟਲ એનર્ਜੀ ਦੀ ਅਮਾਉਂਟ ਆ ਗਈ q ਨਾਟ ਸਕੁਅਰ ਬਾਈ 2c. ਹੋ ਗਿਆ ਨਾ? ਯੈਸ. ਲਾਸਟ ਇੱਕ ਲਾਈਨ ਲਿਖ ਦਿਓ, ਦਿਸ ਰਿਜ਼ਲਟ ਸ਼ੋਸ this result shows total energy stored this result shows total energy stored in lc oscillator total energy stored in lc oscillator is independent of time. ਠੀਕ ਹੈ, ਜਿਹੜੀ ਟੋਟਲ એનર્ਜੀ ਦੀ ਅਮਾਉਂਟ ਆਈ ਆ ਇਹ ਚ ਕਿਤੇ ਵੀ ਟਾਈਮ ਡਿਪੈਂਡੈਂਸ ਨਹੀਂ ਹੈਗੀ, ਦੈਟ ਟੋਟਲ ਆਲਵੇਜ਼ ਰਿਮੇਨ ਕਨਜ਼ਰਵ. ਜੇ ਪਾਰਸ਼ਲੀ ਹੋ ਕੇ ਮੇਰੇ ਕੋਲ ਐਸਾ ਚੀ ਕਹਿੰਦਾ ਜੀ એનર્ਜੀ ਜਿਹੜੀ ਇਲੈਕਟ੍ਰੀਕਲ ਫਾਰਮ ਚ ਸੀ ਤੇ ਪਾਰਸ਼ਲ ਮੇਰੇ ਕੋਲ ਮੈਗਨੈਟਿਕ ਸੀ, ਕਿਸੇ ਫਿਰ ਦੂਜੇ ਇਨਸਟੈਂਟ ਤੇ ਜਾ ਕੇ ਸਾਰੇ ਦੀ ਸਾਰੀ ਉਹ ਮੈਗਨੈਟਿਕ ਬਣ ਗਈ, ਇਲੈਕਟ੍ਰੀਕਲ ਜ਼ੀਰੋ ਹੋ ਗਈ. ਤੀਸਰੇ ਇਨਸਟੈਂਟ ਤੇ ਸਾਰੀ ਇਲੈਕਟ੍ਰੀਕਲ ਹੈ ਤੇ ਮੈਗਨੈਟਿਕ ਜ਼ੀਰੋ, ਪਰ ਸਮ ਟੋਟਲ ਆਫ ਦ ਟੂ ਕਹਿੰਦਾ ਜੀ ਦੇ ਆਲਵੇਜ਼ ਰਿਮੇਨ ਟੂ ਬੀ ਕਨਜ਼ਰਵ. ਟੋਟਲ એનર્ਜੀ ਟਾਈਮ ਡਿਪੈਂਡੈਂਸ ਆਪਣੀ ਨਹੀਂ ਦੇਗੀ. ਇਹਨੀ ਗੱਲ ਕਲੀਅਰ ਆ?
हो जू है ना बेटा चल तो एसएच फोर्थ यूनिट ठीक है वो कंप्लीट आ यानी टर्म वन का सिलेबस खत्म है जी हूँ कल करांगे इहदे न्यूमेरिकल शुरू ते एक साइक्लोट्रॉन वाला टॉपिक जिहड़ा वो थोड़ा जिहा मैं एक वारी रिपीट कर दांगा ठीक है जी यस सर चलो ओके जी मैनू अटेंडेंस भेज दी बेटा कल की बात जी सर कल ट्यूसडे है ना कल टेस्ट बाद यस सर हां जी